ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ ਤੇ ਮੇਰੇ ਨਾਲ ਅੱਜ ਫੇਰ ਮੌਜੂਦ ਨੇ ਵਿਸ਼ਾਲ ਸੂਜੀ ਸਾਡੇ ਸੀਈਓ ਐਂਡ ਫਾਊਂਡਰ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਕਿ ਪੰਜਾਬ 'ਚ ਇੱਕ ਛੇਵਾਂ ਦਰਿਆ ਵਗਦਾ ਉਹਦੀ ਗੱਲ ਬਹੁਤ ਹੋਈ ਹੈ ਪਰ ਉਹਦੇ ਹੱਲ ਅੱਜ ਤੱਕ ਸ਼ਾਇਦ ਕੋਈ ਨਹੀਂ ਕੱਢ ਸਕੇ ਪਰ ਇੱਕ ਗੱਲ ਜ਼ਰੂਰ ਹੈ ਜਿਹੜੀ ਅਸੀਂ ਬਾਰ-ਬਾਰ ਗੱਲ ਸੁਣਦੇ ਹਾਂ ਕਿ ਨਸ਼ਾ ਆਂਦਾ ਕਿੱਥੋਂ ਹੈ ਉਹਦਾ ਕੀ ਅਸਰ ਹੈ ਉਹਨਾਂ ਗੱਲਾਂ ਤੋਂ ਅੱਗੇ ਵੱਧ ਕੇ ਇੱਕ ਗੱਲ ਇਹ ਵੀ ਹੈ ਕਿ ਇੱਕ ਮਾੜੀ ਚੀਜ਼ ਦਾ ਨੁਕਸਾਨ ਸਿਰਫ ਇੱਕ ਉਹਦਾ ਡਾਇਰੈਕਟ ਨੁਕਸਾਨ ਨਹੀਂ ਹੁੰਦਾ ਉਹ ਨਾਲ ਹਰ ਕਈ ਚੀਜ਼ਾਂ ਹੋਰ ਕਈ ਜੁੜੀਆਂ ਹੁੰਦੀਆਂ ਨੇ ਸੋ ਉਹਨਾਂ ਬਾਰੇ ਵੀ ਅਸੀਂ ਸੋਚਿਆ ਗੱਲ ਕਰਨੀ ਬਹੁਤ ਜ਼ਰੂਰੀ ਹੈ ਸੋ ਉਹੀ ਅੱਜ ਗੱਲ ਕਰਾਂਗੇ ਸਰ ਓਪਨਿੰਗ ਕਮੈਂਟਸ ਬਹੁਤ ਗੱਲ ਹੋ ਚੁੱਕੀ ਹੈ ਨਸ਼ੇ ਬਹੁਤ ਨੇ ਪੰਜਾਬ ਚ ਬਦਨਾਮ ਹੋ ਗਏ ਆ ਪਾਕਿਸਤਾਨ ਤੋਂ ਆਉਂਦੇ ਇਹ ਸਭ ਲੇਕਿਨ ਜਿਵੇਂ ਕਿ ਮੈਂ ਕਹੇਸ ਤੋ ਅੱਗੇ ਵੱਧ ਕੇ ਹੋਰ ਕਈ ਨੁਕਸਾਨ ਨੇ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਆਪਾਂ ਜੇ ਉਸ ਦੀ ਗੱਲ ਕਰੀਏ ਤਾਂ ਅਨਇਮਪਲੋਇਮੈਂਟ ਉਹਦੇ ਨਾਲ ਕਿਸ ਤਰ੍ਹਾਂ ਜੁੜਿਆ ਉੱਥੋਂ ਸ਼ੁਰੂਆਤ ਕਰਦੇ ਆਈ ਥਿੰਕ ਫॉर ਦੀ ਬੈਨੀਫਿਟ ਆਫ ਆਰ ਵਿਊਅਰਸ ਆਪਾਂ ਕੀ ਕਰਦੇ ਆ ਕਿਹੜੇ ਕਿਹੜੇ ਨੁਕਸਾਨ ਕਿਸ ਡ ਇੱਕ ਜਨਰਲ ਜੀ ਗੱਲ ਹੁੰਦੀ ਰਹੀ ਹੈ ਜਿਨ੍ਹਾਂ ਨੇ ਐਕਸ਼ਨ ਕਰਨਾ ਹੁੰਦਾ ਨਾ ਡੀਪਲੀ ਉਹਨੂੰ ਡਿਸਕਸ ਕਰਦੇ ਨੇ ਪੁਆਇੰਟ ਵਾਈਜ਼ ਡਿਸਕਸ ਕਰਦੇ ਨੇ ਹੁਣ ਡਰੱਗਸ ਦਾ ਜੋ ਇੰਪੈਕਟ ਹੈ ਇਟ ਹੈਜ਼ ਆਫਕੋਰਸ ਕ੍ਰਾਈਮ ਰਿਲੇਟਿਡ ਇੰਪੈਕਟ ਕਿ ਕ੍ਰਾਈਮ ਕ੍ਰਿਮੀਨਲ ਐਕਟੀਵਿਟੀ ਵੱਧਦੀ ਹੈ ਇਹਦੇ ਨਾਲ ਗਵਰਨਰਸ ਦੇ ਵਿੱਚ ਫਰਕ ਪੈਂਦਾ ਹੈ ਹੈਲਥ ਰਿਲੇਟਿਡ ਕਾਸਟ ਕਿਸੇ ਵੀ ਆਰਗੇਨਾਈਜੇਸ਼ਨ ਦੇ ਵੱਧਦੇ ਨੇ ਰਾਈਟ ਸਿਮਿਲਰਲੀ ਦੀ ਹਾਲਾਂਕਿ ਜ਼ਿਆਦਾ ਡਰਗ ਅਬਿਊਸਰਸ ਆਰ ਮੇਲ ਪਰ ਉਹਦਾ ਇੰਪੈਕਟ ਚਿਲड्रन ਤੇ ਔਮਨ ਦੇ ਉੱਤੇ ਬਹੁਤ ਆਉਂਦਾ ਹੈ राइट ए सारे अलग-अलग इंपैक्ट्स ने जेडे एक ड्रग एब्यूज किसी भी एंड दीज आर ग्लोबल स्टडीज व्हिच हैव प्रूवन कि जिथे-जिथे भी ड्रग्स दी पेनिट्रेशन वधिया या इंपैक्ट वधिया एंड ड्रग डज नॉट मीन ओनली चिट्टा या समथिंग देयर सो मेनी अदर फॉर्म्स ऑफ इंटॉक्सिकेशन दैट इज हैपनिंग एंड अनएम्प्लॉयमेंट एज़ योर प्रोडक्टिविटी एज़ यू नो करने देयर आर लॉट ऑफ देयर इज अ ह्यूज इंपैक्ट ऑन दी प्रोडक्टिविटी ऑफ इवन हु आर एम्प्लॉयड जी समवन हु बिकम्स अ ड्रग एडिक्ट इवन इफ दे हैव अ जॉब this their productivity decreases and ek changa chance hai ki they will lose their job also so eh sare alag alag areas de utte drugs da impact aunda hai coming to unemployment side of it why will you hire someone that are drug addicted right secondly people who are drug addicted when they jado apni job te jande ne utthe vi onna di productivity less hundi hai antisocial behavior aunda hai hmm. so eh sariyan chizaan overall economy te bahut wadda impact pandiyan ji ਔਨ ਐਨ ਐਵਰੇਜ ਜਿੱਥੇ ਵੀ ਡਰਗ ਦੀ ਐਡਿਕਸ਼ਨ ਪੋਪੂਲੇਸ਼ਨ ਦੇ ਵਿੱਚ ਹਾਫ ਪਰਸੈਂਟ ਤੋਂ ਉੱਤੇ ਹੋ ਜਾਂਦੀ ਹੈ ਉੱਥੇ ਉਹਨਾਂ ਦੀ ਪ੍ਰੋਡਕਟੀਵਿਟੀ ਲਾਸ ਰਫਲੀ ਐਨੂਅਲੀ 2 ਤੋਂ 3 ਪਰਸੈਂਟ ਹੁੰਦਾ ਔਨ ਜੀਡੀਪੀ ਵਿੱਚ ਇਜ਼ ਅ ਹਿਊਜ ਲਾਸ ਬਿਲਕੁਲ ਰਾਈਟ ਇਟ ਇਨਕਲੂਡਸ ਡਾਇਰੈਕਟ ਐਂਡ ਇਨਡਾਇਰੈਕਟ ਕਾਸਟ ਆਫ ਡਰਗ ਐਡਿਕਸ਼ਨ ਇਨ ਥੈਟ ਰੀਜਨ ਜੀ ਤੇ ਪੰਜਾਬ ਵਰਗੀ ਸਟੇਟ ਦੇ ਵਿੱਚ ਹੈ ਯੂ نو ਅਸੀਂ ਆਪ ਹੀ ਐਜ਼ ਅ ਸੋਸਾਇਟੀ ਕੁਝ ਨਸ਼ਿਆਂ ਨੂੰ ਤੇ ਅਸੀਂ ਨਸ਼ਾ ਹੀ ਮੰਨਣਾ ਬੰਦ ਕਰਤਾ ਹੈ ਆਪਾਂ ਡਰਿੰਕਿੰਗ ਹੈਜ਼ ਬੀਨ ਲਾਇਨਾਈਜ਼ਡ ਨਾਰਮਲਾਈਜ਼ਡ ਸਾਡੀ ਸੋਸਾਇਟੀ ਦੇ ਵਿੱਚ ਐਂਡ ਥੀਸ ਆਰ ਦੀ ਸਟਾਰਟਿੰਗ ਪੁਆਇੰਟਸ ਤੇ ਮੈਂ ਅੱਜ ਇਹ ਗੱਲ ਕਰੂੰਗਾ ਕਿ ਡਰਿੰਕਿੰਗ ਸ਼ੁੱਡ ਆਲਸੋ ਬੀ ਨਾਟ ਈਜ਼ਲੀ ਅਵੇਲੇਬਲ ਜੋ ਅੱਜ ਕੱਲ ਹੁੰਦਾ ਤੇ ਕਈ ਪੰਜਾਬੀ ਕਰਨ ਆਈ ਐਮ ਸ਼ੋਰ ਕਿ ਜਿਵੇਂ ਇਹ ਵੀਡੀਓ ਸੁਣਨਗੇ ਕਈਆਂ ਦਾ ਰਿਐਕਸ਼ਨ ਹੋਏਗਾ ਇਟ ਇਜ਼ ਸੋ ਨਾਰਮਲ ਮੈਂ ਤਾਂ ਸ਼ਾਮੀ ਦੋ ਪੈਗ ਲਾਣਾ ਹੈ ਆਈ ਬਿਕਮ ਮੋਰ ਐਫੀਸ਼ੀਐਂਟ ਮੋਰ ਇਫੈਕਟਿਵ ਬਟ ਜਦੋਂ ਇੱਕ ਸਾਇੰਟਿਫਿਕ ਐਨਾਲਿਸਿਸ ਕੀਤਾ ਜਾਂਦਾ ਹੈ ਡਰਿੰਕਿੰਗ ਸਮਟਾਈਮਸ ਬਿਕਮ ਦੀ ਪ੍ਰੀਕਰਸਰ ਟੂ हार्डन एंड ड्रग्स एक पॉपुलेशन की सैकी हूँ परसनैलिट हों आईक्यू लैवल हों इज़ अ नॉर्मल डिस्ट्रीब्यूशन एक मेजर kind of hmm. right? hmm. so पोपुलेन जी है दे डोंट हैव दैट कइंड ऑफ so, कंट्रोल राइट किड्स स्पेशली एट अ सर्टन एज दे हैव वेरी लिटल कंट्रोल वैन सच इनिशियल लैवल ऑफ ड्रग्स और इनटॉक्सीकेंट्स आर अवेलेबल सो ईजीली हौली हौली प्रीकर बनते हैं जी सो एक रीज़न है कि वाई ਸਟੇਟ ਲਾਈਕ ਪੰਜਾਬ ਡਿਸਪਾਈਟ ਬਾਰਡਰ ਸਟੇਟਸ ਤੇ ਹੋਰ ਵੀ ਨੇ ਚਾਰੋਂ ਪਾਸੇ ਵਾਈ ਪੰਜਾਬ ਹੈਜ਼ ਬਿਕਮ ਦੀ ਹਬ ਬਿਕੋਜ਼ ਆਰ ਸੋਸਾਇਟੀ ਸਮ ਹਾਊ ਹੈਜ਼ ਕਾਈਂਡ ਆਫ ਨਾਰਮਲਾਈਜ਼ ਸਰਟਨ ਅਬਿਊਜ਼ ਆਫ ਇਨਟੌਕਸੀਕੈਂਟਸ ਉਹ ਸਾਡੇ ਗਾਣਿਆਂ ਚ ਆ ਗਿਆ ਹੈ ਸਾਡੇ ਪਾਰਟੀ ਦਾ ਕਲਚਰ ਬਣ ਗਿਆ ਹੈ ਫੈਮਿਲੀ ਦਾ ਕਲਚਰ ਬਣ ਗਿਆ ਹੈ ਇਟ ਇਜ਼ ਨਾਟ ਪੰਜਾਬੀ ਕਲਚਰ ਵਿਚ ਹਾਊ ਇਟ ਇਜ਼ ਬੀਇੰਗ ਪੋਰਟਰੇਟ ਇਟ ਇਸ ਇਟ ਹੈਜ਼ ਨੇਵਰ ਬੀਨ ਪੰਜਾਬੀ ਕਲਚਰ ਅਗੇਨ ਕਮਿੰਗ ਟੂ ਅਨਇੰਪਲੋਇਮੈਂਟ ਬੇਸਿਕਲੀ ਵਾਟ ਹੈਪਨਸ ਵੇਅਰ ਏਵਰ ਦੇਰ ਇਜ਼ ਡਰਗ ਪ੍ਰੋਬਲਮ unemployment ਉਹਦਾ end result ਹੁੰਦਾ ਸਭ ਤੋਂ ਪਹਿਲਾਂ ਕੀ ਹੁੰਦਾ ਯੂ نو ਕ腐ਸ਼ਨ ਹੁੰਦੀ ਹੈ right ਜਦੋਂ ਗਵਰਨਰਸ ਦੇ ਇਸ਼ੂ ਆਉਂਦੇ ਨੇ ਹਾਊ ਵਿਲ ਅ ਡਰਗ ਪੈਡਲਰ ਵਰਕ ਇਟ ਇਸ ਨਾਟ ਅ ਨੋਰਮਲ ਟ੍ਰੇਡ ਇਹਦਾ ਮਤਲਬ ਉਹ ਕਿਸੇ ਨਾ ਕਿਸੇ ਲੈਵਲ ਦੇ ਅਫੀਸ਼ੀਅਲਸ ਨੂੰ ਕ腐ਟ ਕਰਨਾ ਸ਼ੁਰੂ ਕਰਦੇ ਨੇ ਇਟ ਸਟਾਰਟਸ ਫਰੋਮ that ਜਦੋਂ ਕ腐ਸ਼ਨ ਸ਼ੁਰੂ ਹੁੰਦੀ ਹੈ ਇਟ ਅ ਲੋਸ ਫਾਰ ਅਦਰ ਐਂਟੀ ਸੋਸ਼ੀਅਲ ਐਕਟੀਵਿਟੀਜ਼ ਸਪੈਸ਼ਲੀ ਜੇ ਮੈਂ ਪੰਜਾਬ ਵਰਗੀ ਸਟੇਟ ਦੀ ਗੱਲ ਕਰਾਂ ਹੈਨਾ ਜਦੋਂ ਜਦੋਂ ਕਿਸੇ ਸਟੇਟ ਦੇ ਵਿੱਚ ਕ腐ਸ਼ਨ ਵਧੇਗੀ ਵੀ ਆਰ ਅ ਬਾਰਡਰ ਸਟੇਟ ਜਿਹੜਾ ਪੁਲਿਸ ਵਾਲਾ ਜਾਂ ਕੋਈ ਵੀ ਯੂ نو ਅਫੀਸ਼ੀਅਲ ਹੂ ਇਜ਼ ਕਰਪਟ ਐਂਡ ਇਜ਼ ਅਲਾਉਇੰਗ ਮੂਵਮੈਂਟ ਆਫ ਡਰੱਗਸ ਉਹ ਕੱਲ ਨੂੰ ਕਿਵੇਂ ਰੋਕੇਗਾ ਮੂਵਮੈਂਟ ਆਫ ਆਰਮਸ ਜੀ ਮੂਵਮੈਂਟ ਆਫ ਬੇਸਿਕਲੀ ਟੀਐਨਟੀ অর ਐਨੀ ਅਦਰ ਐਕਸਪਲੋਸਿਵ ਉਹ ਕਿਵੇਂ ਰੋਕੇਗਾ ਮੂਵਮੈਂਟ ਆਫ ਐਂਟੀ ਸੋਸ਼ਲ ਐਲੀਮੈਂਟਸ ਕਿਵੇਂ ਰੋਕੇਗਾ ਸੋ ਇਟ ਬਿਕਮਸ ਦੀ ਬਰੀਡਿੰਗ ਗਰਾਊਂਡ ਉਹ ਬਰੀਡਿੰਗ ਗਰਾਊਂਡ ਬਣ ਜਾਂਦੀ ਆ ਹੋਰ ਕਿਹੜੀਆਂ ਕਿਹੜੀਆਂ ਐਂਟੀ ਨੈਸ਼ਨਲ ਤੇ ਐਂਟੀ ਪੀਪਲ ਐਕਟੀਵਿਟੀਜ਼ ਉੱਤੇ ਹੋ ਸਕਦੀਆਂ ਨੇ ਇਟ ਬਿਕਮਸ ਦੀ ਸਟਾਰਟਿੰਗ ਪੁਆਇੰਟ ਜਦੋਂ ਕੋਈ ਹੁਣ ਸਾਡੇ ਇੱਥੇ ਰੀਤ ਮਾਫੀਆ ਡਰੱਗ ਮਾਫੀਆ ਸਾਰੀਆਂ ਦੋ ਚੀਜ਼ਾਂ ਡਿਸਕਸ ਹੁੰਦੀਆਂ ਦੇ ਆਰ ਇੰਟਰਕਨੈਕਟਿਡ ਸਟਰੋਂਗਲੀ ਓਫੇ ਐਲੀਮੈਂਟਸ ਓਫੇ ਕਰਪਟ ਐਲੀਮੈਂਟਸ ਸਾਰੀਆਂ ਚੀਜ਼ਾਂ ਚ ਇਨਵੋਲ ਹੁੰਦੇ ਨੇ ਕਰਪਸ਼ਨ ਦਾ ਕੀ ਕਾਸਟ ਹੈ ਸਾਡੀ ਸਟੇਟ ਤੇ ਜਿਹੜੀਆਂ ਪਬਲਿਕ ਇਨਵੈਸਟਮੈਂਟਸ ਨੇ ਉਹ ਇਨੈਫੀਸ਼ੀਐਂਟ ਹੋ ਜਾਂਦੀਆਂ ਉਹਨਾਂ ਦੀ ਪ੍ਰੋਪਰ ਵੈਲਿਊ ਨਹੀਂ ਨਿਕਲ ਪੈਂਦੀ ਸੋ ਦੈਟ ਇਜ਼ ਹਾਊ ਇਟ ਸਟਾਰਟਸ ਜਦੋਂ ਪਬਲਿਕ ਇਨਵੈਸਟਮੈਂਟ ਦਾ ਇੱਕ ਮਲਟੀਪਲਰ ਇ ਜੇ ਸਰਕਾਰ ਸੜਕਾਂ ਬਣਾਏਗੀ, ਇਨਵੈਸਟਮੈਂਟ ਕਰੇਗੀ, ਉਹਦੇ ਨਾਲ ਕੰਪਨੀਆਂ ਨੂੰ ਪੈਸਾ ਮਿਲੇਗਾ, ਉਹਨਾਂ ਦੇ EMPLOYEES ਨੂੰ ਪੈਸਾ ਮਿਲੇਗਾ, ਉਹ ਹੋਰ ਸਪੈਂਡਿੰਗ ਕਰਨਗੇ, ਇੱਕ ਮਲਟੀਪਲਾਈਅਰ ਇਮਪੈਕਟ ਆਉਂਦਾ ਹੈ। ਜਦੋਂ ਉਹੋ ਹੀ ਚੀਜ਼ਾਂ ਸਿਰਫ ਕੁਝ ਲੋਕਾਂ ਦੀ ਜੇਬ 'ਚ ਜਾਣੀਆਂ ਸ਼ੁਰੂ ਹੋ ਜਾਣਗੀਆਂ। ਬਿਕਾਜ਼ ਦੇ ਹੈਵ ਬੀਨ ਕਰਪਟਿਡ ਫਾਰ 1 THING ਤੇ ਉਸ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਇਨਵੋਲਡ ਨੇ। ਇਹਦਾ ਓਵਰਆਲ ਪੂਰੀ ਪ੍ਰੋਡਕਟਿਵਿਟੀ ਦੇ ਉੱਤੇ ਲਾਸ ਆਣਾ ਸ਼ੁਰੂ ਹੋ ਜਾਂਦਾ। ਜੀ। ਹੁਣ ਜਦੋਂ ਪ੍ਰੋਡਕਟਿਵ ਇੱਕ ਏਰੀਆ ਪ੍ਰੋਡਕਟਿਵ ਹੀ ਨਹੀਂ ਰਹਿੰਦਾ। ਇੱਕ ਸਟੱਡੀ ਇਟ ਵਾਸ ਸਲਾਈਟਲੀ 100000 ऑफ पॉपुलेशन इज इंक्रीजिंग ओ कंदे भी सी कि रफली 1% ਲੋਕੀ ਡਰਗ ਐਡਿਕਟ ਹੋ ਗਏ ਹੋਏ ਨੇ ਹੈਨਾ ਹੁਣ 100 ਦੇ ਵਿੱਚੋਂ ਇੱਕ ਬੰਦਾ ਇਫ ਦੇ ਆਰ ਇਨਟੂ ਡਰਗ ਐਡਿਕਸ਼ਨ অর ਅਬਿਊਜ਼ਿੰਗ ਇਟ ਇਨ ਸਰਟਨ ਏਰੀਆਜ਼ ਆਫ ਪੰਜਾਬ ਇਟ ਕ੍ਰੀਏਟਸ ਅ ਹਿਊਜ ਸੋਸ਼ਲ ਪ੍ਰੋਬਲਮ ਇਟ ਡੀਗ੍ਰੇਡਸ ਦੀ ਨੇਬਰਹੂਡ ਉਸ ਨੇਬਰਹੂਡ ਦੇ ਵਿੱਚ ਕ੍ਰਾਈਮ ਵਧਣਾ ਸ਼ੁਰੂ ਹੋ ਜਾਂਦਾ ਹੈ ਉਹਦੇ ਵਿੱਚ ਵੈਲਿਊ ਸਿਸਟਮ ਖਤਮ ਹੋਣਾ ਸ਼ੁਰੂ ਹੋ ਜਾਂਦਾ ਉੱਥੋਂ ਦੀ ਸੇਫਟੀ ਤੇ ਉੱਥੋਂ ਦੀ ਇਕਨੋਮਿਕ ਵੈਲਿਊ ਘਟੋਨੀ ਸ਼ੁਰੂ ਹੋ ਜਾਂਦੀ ਹੈ ਇਟ ਬਿਕਮਸ ਐਨ ਅਨਸੇਫ ਨੇਬਰਹੂਡ ਉੱਤੇ ਫਿਰ ਇਨਵੈਸਟਮੈਂਟਸ ਆਨੀਆਂ ਕਾ ਟੁਨੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਇਨਵੈਸਟਮੈਂਟ ਕਾ ਟਨ ਗਈਆਂ ਵੇਅਰ ਵਿਲ ਯੂ ਗੈਟ ਦੀ ਰਾਈਟ ਕਾਈਂਡ ਆਫ ਜੋਬਸ ਫਿਰ ਜਦੋਂ ਉਹ ਇੱਕ ਸਾਈਕਲ ਬੰਨਾ ਸ਼ੁਰੂ ਹੁੰਦਾ ਅ ਸਟੱਡੀ ਵਾਸ ਡਨ ਬਾਈ ਯੂਨਾਈਟਿਡ ਨੇਸ਼ਨਸ ਇਨ ਸੈਂਟਰਲ ਅਫਰੀਕਾ ਐਂਡ ਪੰਜਾਬ ਇਜ਼ ਗੋਇੰਗ ਇਨ ਵੈਰੀ ਸਿਮਿਲਰ ਡਾਇਰੈਕਸ਼ਨ ਕਿ ਨੰਬਰ ਆਫ ਡੈਥਸ ਯੂ ਨੋ ਫਾਰ ਦੀ ਯੂਜ਼ ਆਫ ਡਰੱਗਸ ਇਸ ਇਨਕਰੀਜ਼ਿੰਗ ਇਨ ਪੰਜਾਬ ਆਲਸੋ ਤੇ ਇੱਕ ਐਫੋਜੀ ਸਾਈਕਲ ਹੈ ਜਿਹੜਾ ਹੋਰ ਹੁਣ ਲੈਟਸ ਸੇ ਕਿ ਇਨਵੈਸਟਮੈਂਟ ਕਟ ਹੋ ਗਈ ਹੋਰ ਲੋਕੀ ਅਨਇੰਪਲੋਏ ਹੋਗੇ ਨੈਕਸਟ ਜਨਰੇਸ਼ਨ ਆਫ ਜਿਹੜੇ ਲੋਕੀ ਬਾਹਰ ਆਂਦੇ ਨੇ ਜੌਬ ਮਾਰਕੀਟਸ देयर आर ਨੋ ਜੌਬਸ ਬਿਕਾਜ਼ ਪੀਪਲ ਆਰ ਵਰੀਡ ਅਬਾਊਟ THEIR ਇਨਵੈਸਟਮੈਂਟ ਉਹ ਕਹਿੰਦੇ ਨੇ ਕਿ ਇੱਥੇ ਦੇ ਲੋਕੀ ਦੇ ਆਰ ਪ੍ਰੋਨ ਟੂ ਡਰਗ ਅਬਿਊਜ਼ ਦੇ देयर ਇਜ਼ ਅ ਸਰਟਨ ਲਾਅ ਐਂਡ ਆਰਡਰ ਪ੍ਰੋਬਲਮ ਇਸ ਕਰਕੇ ਉਹ ਇਨਵੈਸਟਮੈਂਟ ਕਟ ਹੋਣੀ ਸ਼ੁਰੂ ਹੋ ਜਾਂਦੀ ਹੈ ਹੈਨਾ ਉਹਦੇ ਨਾਲ ਕੀ ਹੁੰਦਾ ਕਿ ਇੱਕ ਹੋਰ ਰਾਉਂਡ ਆਫ ਮੂਵਮੈਂਟਸ ਇਟਸ ਇਟਸ ਅ ਵਿਸ਼ੀਅਸ ਸਾਈਕਲ ਜਿਹੜਾ ਹੋਰ ਅਨਇੰਪਲੋਇਮੈਂਟ ਨੂੰ ਵਧਾਈ ਜਾਂਦਾ ਡਰਗ ਅਬਿਊ ਸੋ ਦੈਟ ਇਜ਼ ਵਨ ਚੈਲੰਜ ਦੈਟ ਇਜ਼ देयर ਤੁਸੀਂ ਬਿਲਕੁਲ ਸਹੀ ਗੱਲ ਕੀਤੀ ਤੇ ਉਹਨੂੰ ਪਰਸਪੈਕਟਿਵਸ ਪਾ ਦਈਏ ਬਿਲਕੁਲ ਸਹੀ ਗੱਲ ਹੈ ਕਿ ਨਾਰਮਲਾਈਜ਼ ਕਰਨਾ ਡਰੱਗਸ ਨੂੰ ਸਾਡੀ ਸੋਸਾਇਟੀ 'ਚ ਬਹੁਤ ਪ੍ਰੋਬਲਮ ਹੈ ਸ਼ਰਾਬ ਤੇ दारू ਨੂੰ ਅਸੀਂ ਇਸ ਤਰ੍ਹਾਂ ਨਾਰਮਲਾਈਜ਼ ਕੀਤਾ ਹੋਇਆ ਕਿ ਅਸੀਂ ਹਮੇਸ਼ਾ ਸੁਣਦੇ ਆ ਕਿ ਯਾਰ ਉਹ ਵਿਆਹ ਚ दारू ਨਹੀਂ ਮੈਂ ਨਹੀਂ ਜਾਣਾ ਰਾਈਟ ਫਿਰ ਡਰਾਈਵਰੀ ਨੂੰ ਅਫੀਮ ਨਾਲ ਜੋੜਨਾ ਇਹ ਸਾਡੇ ਗਾਣਿਆਂ 'ਚ ਆਣਾ ਮੁੱਕ ਗਈ ਫੀਮ ਡਬੀ ਚੋਂ ਯਾਰੋ ਇਹਨੂੰ ਇੰਨਾ ਜ਼ਿਆਦਾ ਅਸੀਂ ਨਾਰਮਲਾਈਜ਼ ਕਰਤਾ ਕਿ ਹੌਲੀ-ਹੌਲੀ ਅਸੀਂ ਸ਼ਰਾਬ ਤੋਂ ਅਫੀਮ ਤੇ ਆ ਗਏ ਆ ਇਸ ਤੋਂ ਬਾਅਦ ਸ਼ਾਇਦ ਚਿੱਟੇ ਆ ਹੈਰੋਇਨ ਤੇ ਆ ਜਾਗੇ ਜਿਨ੍ਹਾਂ ਦਾ ਜ਼ਿਕਰ ਨੂੰ ਕੁਝ ਗਾਣਿਆਂ 'ਚ ਹੋਣਾ ਸ਼ੁਰੂ ਹੋ ਗਿਆ ਵਿਚ ਇਜ਼ ਅ ਲਾਰਜ ਪ੍ਰੋਬਲਮ ਇੱਕ ਸਰ ਨੇ ਜ਼ਿਕਰ ਕੀਤਾ ਕਿ ਬਹੁਤ ਤਾਮਤ ਨਸ਼ਾ ਹੋਏਗਾ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਦੇਸ਼ ਦੁਨੀਆ ਸਾਰੇ ਕਿਤੇ ਹੈ ਪਰ ਆંકੜੇ ਵੀ ਇਹੀ ਕਹਿੰਦੇ ਨੇ ਕਿ ਪੰਜਾਬ ਚ ਦਿੱਕਤ ਬਹੁਤ ਜ਼ਿਆਦਾ ਹੈ ਐਲਕੋਹਲ ਦੀ ਜੇ ਗੱਲ ਕਰੀਏ ਤਾਂ ਦੇਸ਼ ਦੀ ਐਵਰੇਜ 14.6% ਹੈ ਤਾਂ ਪੰਜਾਬ ਦੀ অলਮੋਸਟ ਡਬਲ ਹੈ 28.5 ਤੇ ਇਸੇ ਤਰ੍ਹਾਂ ਓਪੀਓਇਡ ਜਿਹਦੇ ਚ ਹਿਰੋਇਨ ਆਉਂਦੀ ਹੈ ਦੇਸ਼ ਦੀ ਐਵਰੇਜ ਇੱਥੇ 2.1% ਹੈ ਪੰਜਾਬ ਦੀ 9.7% ਹੈ ਤੇ ਕੈਨੇਬਿਸ ਜੇ ਗੱਲ ਕਰਾਂ ਤਾਂ ਦੇਸ਼ 2.8 ਤੇ ਪੰਜਾਬ 1.5 ਸੋ ਇਹ ਇਸ਼ੂ ਸਾਡੇ ਲਈ ਬਹੁਤ ਵੱਡਾ ਹੈ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਤੇ ਸਰਨੇ ਨੇ ਬਿਲਕੁਲ ਸਹੀ ਪੁਆਇੰਟ ਆਊਟ ਕੀਤਾ ਤੇ ਮੈਂ ਇਹ ਗੱਲ ਇਸ ਲਈ ਵੀ ਦੱਸਣਾ ਚਾਹੁੰਦਾ ਸੀ ਕਿ ਕਦੀ ਕਦੀ ਕਿਹਾ ਜਾਂਦਾ ਹੈ ਜੀ ਨੰਬਰਸ ਆਰ ਇੰਪੋਰਟੈਂਟ ਹੈ ਨਾ ਨੰਬਰਸ ਜਦੋਂ ਲੋਕੀ ਸਕਰੀਨ ਤੇ ਵੇਖਣਗੇ ਯੂ نو ਇਟ ਵਿਲ ਮੇਕ ਪੀਪਲ ਅੰਡਰਸਟੈਂਡ ði ਡਾਇਰੈਕਸ਼ਨ ਵਿਚ ਵੀ ਆਰ ਹੈਡਿੰਗ ਐ ਸਾਡੇ ਲਈ ਬਹੁਤ ਡੇਂਜਰਸ ਸਿਚੁਏਸ਼ਨ ਬਣਦੀ ਜਾ ਰਹੀ ਹੈ ਮੈਂ ਕਈ ਵਾਰੀ ਸੋਚਦਾ ਇੱਕ ਸਿੰਪਲ ਜੀ ਸਿਚੁਏਸ਼ਨ ਸੀ ਰੈਗਿੰਗ ਜੀ ਉਹਦੇ ਇੰਪਲੀਕੇਸ਼ਨ ਇਨ ਡੇਂਜਰਸ ਬਟ ਇਟ ਵਾਸ ਆਲਸੋ ਡੇਂਜਰਸ ਸੁਪਰੀਮ ਕੋਰਟ ਨੇ ਹਰ ਕਾਲਜ ਕਮੇਟੀ ਬਣਾਤੀ ਸਟਰੋਂਗ ਰੂਲਸ ਬਣਾਤੇ ਐ ਰੂਲਸ ਡਰਗ ਦੇ ਨਾਲ ਕਿਉਂ ਨਹੀਂ ਬਣ ਸਕਦੇ which is more dangerous ਅੱਜ ਦੀ ਡੇਟ 'ਚ ਸਾਡੇ ਐਜੂਕੇਸ਼ਨਲ ਇੰਸਟੀਟਿਊਟਸ ਵੀ ਵੀਕਨ ਹੋ ਗਏ ਨੇ ਇਹਦੀ وجہ ਨਾਲ ਜੀ ਰਾਈਟ ਬਿਕਾਉਸ students are not serious drug abuse is not prevalent just among student but uh, even the educator community also दिल्कुल. so the quality of education is reducing munnu lagda hai ki aj har starting point ik banda ik etch karda hai colleges especially you know there should be committees handling drug related issue unnu hmm. in government di scheme honi chai di hai that it should be mandatory nac ranking on the ugc uh, rating dindi hai institutes nu nac uh, accreditation jehdi vi hundi hai nair ranking ड्रग दे अगेंस्ट उस इंस्टीट्यूट ने किन्हीं एक्टिविटी इट शुड बी मैनशनड इन दैट स्पोर्ट्स एक्टिविटी आर अ गुड वे टू टेक पीपल अवे फ्रॉम ड्रग्स बिल्कुल उस सारे एक्टिविटीज उत्ते एजुकेशन इंस्टीट्यूट बेसिकली देड बी दी बेसिकली यूनिट्स बन सकते हैं अगेंस्ट द फाइट फॉर द फाइट अगेंस्ट द ड्रगस उन्होंने आप लीवरेज नहीं कर रहे इट इज़ इट इज़ जस्ट सीन एज अ लॉ एंड ऑर्डर प्रॉब्लम एक्चुअली इट इज़ अ सोशल प्रॉब्लम ਰਾਈਟ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਸਕੂਲਾਂ ਕਾਲਜਾਂ ਦੇ ਵਿੱਚ ਐਂਟੀ ਡਰਗ ਰਿਲੇਟਿਡ ਐਕਟੀਵਿਟੀ ਕਾਉਂਸਲਿੰਗ ਬਹੁਤ ਹੀ ਇੰਪੋਰਟੈਂਟ ਪਾਰਟ ਹੈ ਅੱਜ ਕਿਸੇ ਵੀ ਗਵਰਨਮੈਂਟ ਦੀ ਪੰਜਾਬ ਦੀ ਕਿਸੇ ਵੀ ਗਵਰਨਮੈਂਟ ਦੀ ਇਹ ਪਾਲਿਸੀ ਹੋਣੀ ਚਾਹੀਦੀ ਹੈ ਕਿ ਹਰ ਬੰਦਾ ਆਪਣੇ ਡਰਗ ਅਬਿਊਸ ਦੀ ਅਲੱਗ-ਅਲੱਗ ਸਟੇजेस ਚ ਹੁੰਦਾ ਹੈ ਜਿਹੜਾ ਇਨੀਸ਼ੀਅਲ ਸਟੇजेस ਆ ਲੋਕਾਂ ਨੂੰ ਜਲਦੀ-ਜਲਦੀ ਆਈਡੈਂਟੀਫਾਈ ਕਰਕੇ ਉਹਨਾਂ ਲਈ ਕਾਉਂਸਲਿੰਗ ਦੀ ਚੀਜ਼ਾਂ ਬਣਾਣੀਆਂ ਚਾਹੀਦੀਆਂ ਉਹਨਾਂ ਲਈ ਇੰਪਲੀਮੈਂਟ ਹੁਣ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਉਂਸਲ ਹੈ ਨੈਸ਼ਨਲ ਸਕਿੱਲ ਡਿਵੈਲਪਮੈਂਟ ਤੇ ਉਹ ਲੱਗੀ ਹੋਈ ਹੈ but it should also be used ਉਹਨਾਂ ਦਾ ਫੋਕਸ ਹੋਣਾ ਚਾਹੀਦਾ ਕਿ ਭਈ ਇਨੇ ਪਰਸੈਂਟੇਜ ਆਫ ਪੀਪਲ ਵਿਦ ਡਰੱਗ ਐਡਿਕਸ਼ਨ ਸ਼ੁੱਡ ਬੀ ਟ੍ਰੇਨਡ ਔਨ ਡਿਫਰੈਂਟ ਵੋਕੇਸ਼ਨਲ ਸਕਿਲਸ ਤੇ ਉਹਨਾਂ ਨੂੰ ਜੌਬ এমਪਲॉयਮੈਂਟ ਦਿੱਤੀ ਜਾਵੇ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਉਣਾ ਪਏਗਾ ਨਿਤਾਵਾਂ ਤੇ ਅਸੀਂ ਜਦੋਂ ਚੀਜ਼ਾਂ ਛੱਡ ਦਿੰਨੇ ਆ ਤੇ ਯੂਜ਼ ਇਟ ਫਾਰ देयर ਓਨ ਬੈਨੀਫਿਟ ਇਸ ਕਰਕੇ ਪੂਰੀ ਦੀ ਪੂਰੀ ਇੱਕ ਸੋਸ਼ਲ ਮੂਵਮੈਂਟ ਪੰਜਾਬ ਟੁਡੇ ਦਾ ਜੋ ਪਰਪਸ ਹੈ ਕਿ ਇੱਕ ਸੋਸ਼ਲ ਮੂਵਮੈਂਟ ਹੋਵੇ ਜੋ ਵੀ ਇੰਪੋਰਟੈਂਟ ਚੀਜ਼ਾਂ ਪੰਜਾਬ ਨੂੰ ਇੰਪੈਕਟ ਕਰਦੀਆਂ ਪਈਆਂ ਲੋਕੀ ਜੁੜਨ ਉਹ ਆਪ ਅੱਜ ਮੈਂ ਕਹਿੰਨਾ ਕਿ ਜੇ ਅੱਜ 200 400 500 ਹਜ਼ਾਰ ਪ੍ਰਿੰਸੀਪਲ ਮੇਰੀ ਗੱਲ ਸੁਣਦੇ ਪੈਨ ਨੇ ਕੱਲ ਉਹ ਆਪਣੇ ਕੈਂਪਸ ਦੇ ਵਿੱਚ ਇੱਕ ਕਮੇਟੀ ਬਣਾਣ ਆਇਡੈਂਟੀਫਾਈ ਕਰਨ ਬੱਚਿਆਂ ਨੂੰ ਕੁਝ ਲੋਕਾਂ ਨੂੰ ਪ੍ਰੋਫੈਸ਼ਨਲਸ ਨੂੰ ਡਾਕਟਰਸ ਨੂੰ ਇੰਗੇਜ ਕਰਨ ਆਇਡੈਂਟੀਫਾਈ ਕਰਨ ਕਿਸ ਕਿਸ ਸਟੇਜ ਵਿੱਚ ਨੇ ਆਪਣੀ ਡਰ ਐਡਿਕਸ਼ਨ ਦੇ ਤੇ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨ ਗਵਰਨਮੈਂਟ ਨੂੰ ਵੀ ਇਹ ਸਾਰੀਆਂ ਪਾਲਿਸੀ ਨਵੇਂ ਹਰ ਮੈਨੀਫੈਸਟੋ ਜੋ ਕਮਿੰਗ ਇਲੈਕਸ਼ਨ ਚ ਜੇ ਗਵਰਨਮੈਂਟ ਸੀਰੀਅਸ ਹੈ ਇੱਕ <li>ਪ ਸਰਵਿਸ ਦੇਣਾ ਤੇ ਕੰਕ੍ਰੀਟ ਐਕਸ਼ਨ ਲੈਣ ਲਈ ਕੋਨ ਪਲਾਨ ਹੋਣਾ ਚਾਹੀਦਾ ਹੈ ਉਹ ਪਲਾਨ ਸਾਡੇ ਨਾਲ ਗਵਰਨਮੈਂਟ ਸ਼ੇਅਰ ਕਰੇ ਵੀ ਸ਼ੁਡ ਡਿਮਾਂਡ ਇਟ ਫ਼੍ਰੋਮ ਆਰ ਬਿਊਰੋਕਰੇਟਸ ਐਂਡ ਪੋਲੀਟੀਸ਼ਨ ਐਟ ਡਿਮਾਂਡ ਕਰਨੀ ਚਾਹੀਦੀ ਕਿ ਵਾਟ ਇਜ਼ ਯੋਰ ਪਲਾਨ ਆਫ਼ ਐਕਸ਼ਨ ਸਿਰਫ਼ ਰੀਹੈਬਿਲੇਸ਼ਨ ਸੈਂਟਰ ਨਹੀਂ ਉਹਦੀ ਲੋੜ ਹੈ ਰੀਹੈਬਿਲੇਸ਼ਨ ਸੈਟਨਸ ਦੇ ਰਿਟਰਨ ਅਗੇਨ ਬਟ ਸਿਰਫ਼ ਉਹ ਹੀ ਕੰਮ ਨਹੀਂ ਕਰੇਗਾ ਬਿਲਕੁਲ ਅਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਹਰ ਵਾਰ ਇਹ ਮੁੱਦੇ ਜਿਹੜੇ ਆ ਇਲੈਕਸ਼ਨ 'ਚ ਹੀ ਜ਼ਿੰਦਾ ਹੁੰਦੇ ਨੇ ਚਾਹੇ ਸੈਂਡ ਮਾਫੀਆ ਹੋਵੇ ਚਾਹੇ ਡਰੱਗ ਮਾਫੀਆ ਹੋਵੇ ਫਿਰ 4-4.5 ਸਾਲੇ ਨੂੰ ਦੁਬਾਰਾ ਭੁੱਲ ਗਿਆ ਜਾਂਦਾ ਸੋ ਇਹ ਲਿਪ ਸਰਵਿਸ ਦੀ ਜਗ੍ਹਾ ਇੱਥੇ ਗਰਾਊਂਡ ਤੇ ਕੰਮ ਕਰਨ ਦੀ ਲੋੜ ਹੈ ਪਰ ਬੜਾ ਅੱਛਾ ਸਜੈਸ਼ਨ ਹੈ ਅਸੀਂ ਆਪਣੇ ਲੈਵਲ ਤੇ ਸ਼ੁਰੂਆਤ ਕਰੀਏ ਇਹਦੀ ਬਟ ਡੂ ਯੂ ਥਿੰਕ ਸਿਰਫ ਕਾਉਂਸਲਿੰਗ ਆਈਡੈਂਟੀਫਾਈ ਕਰਕੇ ਇਜ਼ ਇਨਫ ਉਹਨੂੰ ਰੋਕਣ ਲਈ ਐਨ ਸਪੈਸ਼ਲੀ ਜਦੋਂ ਇਨ ਈਜ਼ੀ ਅਵੇਲੇਬਿਲਟੀ ਹੋਵੇ ਦੇਖੋ ਅਵੇਲੇਬਿਲਟੀ ਵਾਲਾ ਸਰਟਨ ਪਾਰਟ ਉਹਦੇ ਵਿੱਚ ਲਾਅ ਐਂਡ ਆਰਡਰ ਦਾ ਰੋਲ ਆਂਦਾ ਲੁੱਕ ਇਫ ਇਟ ਇਜ਼ ਪ੍ਰੇਵੈਲਿੰਗ ਫਾਰ ਸੋ ਲੌਂਗ ਤੇ ਇਨੀ ਹਾਈ ਪੈਨੇਟ੍ਰੇਸ਼ਨ ਹੋ ਗਈ ਹੈ ਇਕ ਨਾ ਆਪਾਂ ਟਿਪਿੰਗ ਪੁਆਇੰਟ ਤੇ ਆ ਰਹੇ ਹਾਂ ਹਾਂਜੀ ਜਿੱਥੇ ਪੰਜਾਬ ਦਾ ਬਹੁਤ ਹੀ ਇਹ ਸਿਰਫ ਜਵਾਨੀ ਦਾ ਕਹਨ ਨਹੀਂ ਹੋ ਰਿਹਾ ਪੂਰੇ ਪੂਰੇ ਪੰਜਾਬ ਦਾ ਹੀ ਕਹਨ ਕੀਤਾ ਜਾ ਰਿਹਾ ਜੀ ਇਹ ਕੁਝ ਲੋਕਾਂ ਦੇ ਲਾਲਚ ਪਿੱਛੇ ਸਾਡੇ ਯੂਥ ਨੂੰ ਸਾਡੇ ਬੁਢਾਪੇ ਨੂੰ ਵੀ ਉਹ ਯੂਥ ਅਗਲੇ ਬੁਢਾਪੇ ਦੀ ਸਹਾਰਾ ਹੁੰਦਾ ਹੈ ਬਿਲਕੁਲ ਬੁਢਾਪੇ ਨੂੰ ਬੱਚਿਆਂ ਨੂੰ ਰਾਈਟ ਔਰਤਾਂ ਨੂੰ ਸਾਰਿਆਂ ਦਾ ਇੱਕ ਮੇਜਰ ਉਹਨਾਂ ਨੂੰ ਇੱਕ ਇੱਕ ਡੇਂਜਰਸ ਸਿਚੁਏਸ਼ਨ ਚ ਪਾਇਆ ਜਾ ਰਿਹਾ ਹੈ ਜੀ ਅੱਜ 1% ਤੋਂ ਜੇ 2% ਹੋ ਗਿਆ ਕੈਨ ਯੂ ਇਮੇਜਿਨ ਹਾਊ ਡਿਫਿਕਲਟ ਇਟ ਵਿਲ ਬੀਕਮ ਟੂ ਸਰਵਾਈਵ ਇਨ ਅ ਸੋਸਾਇਟੀ ਲਾਈਕ ਥੈਟ ਹੈਨਾ ਤੇ ਇਸ ਕਰਕੇ ਗਵਰਨਮੈਂਟ ਨੂੰ ਤੇ ਅਨਸਰਏਬਲ ਹੋਣਾ ਹੀ ਹੈ ਤੇ ਮੈਂ ਜੋ ਕਹਿੰਦਾ ਪਿਆ ਸੀ ਕਿ ਸਿਰਫ ਕਾਉਂਸਲਿੰਗ ਐਟ ਸਰਟਨ ਸਟੇਜਸ ਕਾਉਂਸਲਿੰਗ ਕੰਮ ਕਰਦੀ ਹੈ ਜੀ ਐਟ ਸਰਟਨ ਸਟੇਜ ਤੇ ਮੈਡੀਕਲ ਟਰੀਟਮੈਂਟ ਕੰਮ ਕਰਦੀ ਹੈ ਸੋ ਥੈਟ ਇਜ਼ ਵਾਈ ਆ ਸੈਡ ਆਪਾਂ ਨੂੰ स्टेज वाइज आइडेंटिफाई करके इनिशियल स्टेजेस पे ਤੇ ਸਪੈਸ਼ਲੀ ਫੰਡਾਮੈਂਟਲੀ ਆਪਾਂ ਆਪਣੇ ਬੱਚਿਆਂ ਨੂੰ ਯੂ نو इवन ਵਿਦ ਐਲਕੋਹੋਲਿਕ ਡਰਿੰਕਸ ਲੀ ਵੀ ਐਨੀ ਆਸਾਨੀ ਨਾਲ ਯਾ ਵੀ ਸ਼ੁੱਡ ਨਾਟ ਮੇਕ ਇਟ ਈਜ਼ੀ ਇੱਕ ਸਾਡੇ ਪਹਿਲਾਂ ਸਾਡੇ ਟਾਈਮ ਚ ਯੂ نو ਵੈਨ ਵੀ ਵਰ ਯੰਗਰ ਯੂ نو ਜਦੋਂ ਅਸੀਂ ਛੋਟੇ ਹੁੰਦੇ ਸੀ ਇੱਕ ਇੱਕ ਸ਼ਰਮ ਹੁੰਦੀ ਸੀ ਸ਼ਰਾਬ ਪੀਣ ਵਾਲੇ ਨੂੰ ਮਾੜਾ ਮੰਨਿਆ ਜਾਂਦਾ ਸੀ ਅੱਜ ਨਾ ਪੀਣ ਵਾਲੇ ਨੂੰ ਮਾੜਾ ਮੰਨਿਆ ਜਾਂਦਾ ਬਿਲਕੁਲ ਜੀ ਅਸੀਂ ਐ ਸੋਚ ਲੈ ਕੇ ਚੱਲਾਂਗੇ ਜਦੋਂ ਇਸ ਡਾਇਰੈਕਸ਼ਨ ਚੱਲਾਂਗੇ ਰਾਈਟ ਤੇ ਆਮ ਸ਼ੋਰ ਲੋਟ ਆਫ ਪੀਪਲ ਆਰ ਡਿਸਐਗਰੀਇੰਗ ਉਹ ਕਹਿੰਦੇ ਸ਼ਰਾਬ ਦਾ ਕੀ ਨੁਕਸਾਨ ਹੈ ਬਟ ਇਫ ਯੂ ਆਰ ਨਾਟ ਏਬਲ ਟੂ ਸੀ ਇਟ ਇਟ ਡਸ ਨਾਟ ਮੀਨ ਉਹਦਾ ਨੁਕਸਾਨ ਨਹੀਂ ਬਿਲਕੁਲ ਇਟ ਇਜ਼ ਅ ਪ੍ਰੀਕਰਸਰ ਇਟ ਇਜ਼ ਨਾਰਮਲਾਈਜ਼ਿੰਗ ਇਨਟੌਕਸੀਕੇਸ਼ਨ ਕਿਸੇ ਬੱਚੇ ਲਈ ਜਾਂ ਕਿਸੇ ਯੂਥ ਲਈ ਜਿਹਦਾ ਆਈਕਿਊ ਲੈਵਲ ਉਹਨਾਂ ਨਹੀਂ ਹੈ ਜਿਹਦਾ ਸੈਲਫ ਜਿਹਦੀ ਪਰਸਨੈਲਿਟੀ ਦੇ ਵਿੱਚ ਇਨਾ ਸੈਲਫ ਕੰਟਰੋਲ ਨਹੀਂ ਹੈ ਉਹਦੇ ਲਈ ਇਹ ਜਸਟੀਫਾਈ ਕਰਨਾ ਬੜਾ ਆਸਾਨ ਹੈ ਕਿ ਭਈ ਫਿਰ ਸ਼ਰਾਬ ਤੇ ਅਫੀਮ ਚ ਕੀ ਫਰਕ ਹੈ ਥੋੜੀ ਦੇਰ ਲਈ ਆਮ ਜਸਟ ਰਿਲੈਕਸਿੰਗ ਜੀ ਰਾਈਟ ਇਟ ਇਜ਼ ਮਾਈ ਪੋਇਜ਼ਨ ਥੈਟ ਇਜ਼ ਯੋਰ ਪੋਇਜ਼ਨ ਠੀਕ ਹੈ ਨਾ ਇਸ ਕਰਕੇ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਕਿ ਅਸੀਂ ਪੂਰੀ ਸੋਸਾਇਟੀ ਚ ਜਿਹੜੇ ਲੋਕੀ ਹੂ ਆਰ ਨਾਟ ਯੂজিং ਡਰੱਗਸ অর ਹੂ ਆਰ ਨਾਟ ਅਬਿਊਜ਼ਿੰਗ ਹੂ ਆਰ ਜਸਟ ਯੂজিং ਇਟ অর ਡੂਇੰਗ ਇਟ ਐਸ ਸੋਸ਼ੀਅਲੀ ਦੇ ਸ਼ੁੱਡ ਆਲਸੋ ਨਾਟ ਨਾਰਮਲਾਈਜ਼ ਇਟ ਇਹ ਇੱਕ ਕਲਚਰਲ ਚੇਂਜ ਲੈ ਆਣ ਦੀ ਲੋੜ ਹੈ ਇਹਦੇ ਲਈ ਸਾਡੇ ਆਰਟਿਸਟ ਦੀ ਵੀ ਰਿਸਪੌਂਸਿਬਿਲਟੀ ਹੈ ਗਵਰਨਮੈਂਟ ਦੀ ਵੀ ਰਿਸਪੌਂਸਿਬਿਲਟੀ ਹੈ ਤੇ ਸਾਡੀਆਂ ਇਨਕਮਸ ਦੇਖੋ ਪੰਜਾਬ ਗਵਰਨਮੈਂਟ ਦੀ ਮਿਸ ਗਵਰਨੈਂਸ ਰਹੀ ਹੈ ਸ਼ਾਇਦ ਇਸ ਬਿਜ਼ਨਸ ਨੂੰ ਚਲਾਉਣ ਲਈ ਸਾਰੀਆਂ ਗਵਰਨਮੈਂਟ ਦੀ ਮੈਂ ਗੱਲ ਕਰਦਾ ਪਿਆ ਸਾਡੀ ਮੇਜਰ ਰੈਵਨਿਊ ਕਿੱਥੋਂ ਆ ਜਦੋਂ ਸਾਡਾ ਲਾਕਡਾਊਨ ਹੋਇਆ ਜੀ ਰਾਈਟ ਸਭ ਤੋਂ ਪਹਿਲਾਂ ਕੀ ਖੁੱਲਿਆ ਠੀਕੇ ਠੇਕੇ ਖੁੱਲੇ ਸਕੂਲ ਕਿਉਂ ਨਹੀਂ ਖੁੱਲੇ ਬਿਲਕੁਲ ਰਾਈਟ ਸਕੂਲ ਇਜ਼ ਨਾਟ ਇੰਪੋਰਟੈਂਟ ਫਾਰ आवर ਪੋਲੀਟਿਸ਼ੀਅਨਸ ਉਹਨਾਂ ਲਈ ਐਸ ਵੇਲੇ ਕੀ ਇੰਪੋਰਟੈਂਟ ਹੋ ਗਿਆ ਹੈ ਕਿ ਭਾਈ ਰੈਵਨਿਊ ਕਿਵੇਂ ਆਏਗਾ ਕਿਵੇਂ ਚੱਲੇਗਾ ਪੰਜਾਬ ਵਰਗੀ ਸਟੇਟ ਨੂੰ ਸੈਲਫ ਸਫੀਸ਼ੀਐਂਟ ਬਣਾਉਣ ਦਾ ਤਰੀਕਾ ਜੇ ਤੁਸੀਂ ਰੇਤਾ ਵੇਚ ਕੇ ਜਾਂ ਸਿਰਫ ਬਿਲਡਿੰਗਸ ਬਣਾ ਕੇ ਜਾਂ ਸਿਰਫ ਮਤਲਬ ਕਿ ਈਵਨ ਜਦੋਂ ਤੁਸੀਂ ਖੇਤੇ ਵੀ ਕਰਦੇ ਹੋ ਇਟ ਇਜ਼ ਆਲਸੋ ਓਵਰ ਖੇਤੀ ਵੀ ਐਕਸਪਲੋਇਟੇਸ਼ਨ ਹੈ ਆਪਣੇ ਲੈਂਡ ਦੀ ਉੱਥੇ ਤੁਸੀਂ ਜ਼ਿਆਦਾ ਯੂਰੀਆ ਪਾ ਕੇ ਤੇ ਜੇ ਆਪਾਂ ਪੰਜਾਬ ਦਾ ਅਸੀਂ ਕਹਿੰਦੇ ਆ ਅਸੀਂ ਇੰਡੀਆ ਦਾ ਗ੍ਰੇਨ ਹਾਊਸ ਇਟ ਇਜ਼ ਨਾਟ ਸਮਥਿੰਗ ਵਿਚ ਇਜ਼ ਹੈਲਦੀ ਫॉर ਪੰਜਾਬ ਸਾਡੇ ਪਾਣੀ ਖਰਾਬ ਹੋ ਗਏ ਥੱਲੇ ਚਲੇ ਗਏ so many problems we are facing similarly ਹੁਣ ਕਰਪਸ਼ਨ ਹੁੰਦੀ ਆ ਤੇ ਇਕੋਲੋਜੀਕਲ ਇੰਪੈਕਟ ਉਹਦਾ ਵੇਖੋ ਕੀ ਆ ਕਿ ਜੇ ਬੰਦਾ ਜਿਹੜਾ ਡਰਗ ਮਾਫੀਆ ਦਾ ਪਾਰਟ ਹੈ ਉਹ ਸੈਂਡ ਮਾਫੀਆ ਦਾ ਵੀ ਪਾਰਟ ਹੈ ਇਕੋਲੋਜੀਕਲੀ ਸੈਂਸਿਟਿਵ ਏਰੀਆ ਤੇ ਉਹ ਕਰੇਤ ਕਟ ਦੇ ਵਿੱਚ ਹੀ ਜਾਂਦੇ ਪੈਲੇ ਜਿਹੜਾ ਇੱਕ ਚੀਜ਼ ਲਾਉ ਕਰਦਾ ਪਿਆ ਦੂਜੀ ਚੀਜ਼ ਲਾਉ ਕਰਦਾ ਪਿਆ ਤਾਂ ਆਪਾਂ ਜਿਹੜੀਆਂ ਸਭ ਤੋਂ ਵੀ ਡੇਂਜਰਸ ਚੀਜ਼ਾਂ ਹੋ ਸਕਦੀਆਂ ਨਾ ਪੰਜਾਬ ਲਈ ਭਾਵੇਂ ਸਾਡੀ ਰੈਵਨਿਊ ਸਟ੍ਰੀਮਸ ਨੇ ਦੇ ਕਮ ਫਰੋਂ ਡੇਂਜਰਸ ਪਲੇਸਸ ਸਾਡੀ ਸੈਲਫ ਅਸੀਂ ਵੀ ਆਰ ਰਿਲਾਇੰਗ ਅਸੀਂ ਅ ਵਿਸ਼ ਕਰ ਐਜ਼ ਅ ਟ੍ਰਬਲ ਸਟੇਟ ਪਾਸਟ ਵਿੱਚ ਅਸੀਂ ਟ੍ਰਬਲ ਸਟੇਟ ਰਹੇ ਹਾਂ ਉਹ ਵਾਲੇ ਇਨਸੈਂਟਿਵ ਅਸੀਂ ਸੈਂਟਰਲ ਗਵਰਨਮੈਂਟ ਤੋਂ ਲੈਣੇ ਆ ਰਾਈਟ ਵੀ ਆਰ ਨਾਟ ਰਿਲਾਇੰਗ ਓਨ एनी थिंग वेयर वी आर सैल्फ सस्टेनेबल साढ़े उस तरह की इंडस्ट्री आ सकती है वो एक सेफ इनवायरमेंट पॉजिटिव इनवायरमेंट देना पेगा ना mm -hmm. जित मैं कहना कि चलो लैट्स ए ड्रग अब्यूज वन परसेंट लोगों को लगता है वन परसेंट कि इट्स वेरी वेरी डेंजरस अ वेरी हाई नंबर फॉर ग्लोबल स्टैंडर्ड्स एल्कोहल अब्यूज का जिम्मे नंबर दता अठाई परसेंट जी राइट हाउ मैनी पीपल मिसबिव आफ्टर ड्रिंकिंग एट देयर ऑफिस प्लेसिस डिफरेंट प्लेसिस हम इमेजिन तो करो यू आर समन बेस्ड आउट ऑफ बैंगलॉर और सम अदर स्टेट एंड आई टी और कॉल सेंटर कोई कहना नहीं पाया क्योंकि असि अपनी बुराई सुनने को तैयार नहीं है कोई पर इनवैसमेंट्स तो हटद्ह ने बिल्डिंग्स बांधिया जा रही हैं जगह एलोकेट हो रही है बट हाउ मैनी पीपल आर कमिंग एंड वर्क इंगेयर करो ना विद इन कंट्रीपेयर कर लो सही ग है ना ऑन कंट्री तो अलावा नाउ वी आर फेसिंग न्यू सेट ऑफ चैलेंजेस फ्रॉम कंट्रीज लाइक वियतनाम फिलीपींस है ना वी कांट बी ए लो कॉस्ट प्रोवाइडर आपको इनोवेशन चाहना तो जो इनोवेशन चाहना जन क्वलिटी सील को वाणी वैली जी, जी, जी आप बैगलोर शिफ्ट करनी है रेली तो हाई क्वालिटी प्रोग्रामिंग करनी पेगी तो हाई क्वालिटी एजुकेशन भी तो देनी पेगी hmm. दे इंस्टीट्यूट्स जी हाई क्वालिटी एजुकेशन दे रहे हैं विच आर स्टेट गोरमेंट इंस्ट्यूट्स या स्टेट बेस्ड ट्रस्ट वाले इंस्ट्यूट्स यू कैन काउंट ऑन योर वन फिंगर ਮੈਂ تین ਪੋਟਿਆਂ ਤੇ ਉਹ ਗਿਨ ਸਕਦਾ ਸਹੀ ਗੱਲ ਹੈ ਬਹੁਤ ਘਟਨੇ ਹੋ ਜੀ ਪਰ ਮੈਨੂੰ ਲੱਗਦਾ ਤੁਸੀਂ ਇੱਕ ਬਹੁਤ ਜ਼ਰੂਰੀ ਐਲੀਮੈਂਟ ਜਿਹੜਾ ਮੈਂ ਚਾਹਨਾ ਹੋਰ ਡਿਸਕਸ਼ਨ ਕਰੀਏ that is the social element ਕਿਉਂਕਿ ਨਸ਼ਾ ਕਰਨ ਵਾਲੇ ਦੇ ਘਰ ਵਾਲੇ which is ਬੱਚੇ ਉਹਦੇ women in the house ਫਿਰ ਉਹਦੇ ਆਸ-ਪਾਸ ਦੀ ਸੋਸਾਇਟੀ ਉਹਦੀ ਫੈਮਿਲੀ ਇਹ ਬਹੁਤ ਹੀ ਵੱਡਾ ਸਰਕਲ ਹੈ ਇਸ ਤੇ ਆਪਾਂ ਥੋੜੀ ਹੋਰ ਡਿਟੇਲ ਚ ਗੱਲ ਕਰੀਏ ਕਿ ਸੋਸਾਇਟੀ ਤੇ ਜਾਂ ਸੋਸ਼ੀਅਲੀ ਇਹ ਕਿਵੇਂ ਇੰਪੈਕਟ ਕਰਦਾ ਹੈ ਚਾਹੇ ਇੱਕ ਇੰਡੀਵਿਜੂਅਲ ਇਨਵੋਲਵ ਹੋਵੇ ਦੇਖੋ ਪਹਿਲੀ ਗੱਲ ਤੇ ਉਹ ਬੰਦਾ ਹੀ ਨਹੀਂ ਉਹਦੀ ਫੈਮਿਲੀ ਵੀ ਕਾਈਂਡ ਆਫ ਆਈਸੋਲੇਟ ਇੱਕ ਪਰਾਇਆ ਮੰਨੀ ਜਾਂਦੀ ਹੈ ਉਸ you know they are seen as untouchables of the society ਇਹ ਅਮਲੀ ਦੀ ਘਰ ਵਾਲੀ ਹੈ ਅਮਲੀ ਦੀ ਘਰ ਵਾਲੀ ਬਹੁਤ ਇਹ ਪੂਰੇ ਪਿੰਡ ਚ ਨੂੰ ਦਿੱਕਤ ਆ ਜਾਂਦੀ ਹੈ ਹਾਂ ਬਿਲਕੁਲ ਉਹਨਾਂ ਦੀ ਸੇਫਟੀ ਇੰਪੈਕਟ ਕਰਦੀ ਉਹਨਾਂ ਦੇ ਬੱਚਿਆਂ ਦੀ ਉਹ ਜਿਹੜਾ ਸਾਈਕਲੋਜੀਕਲ ਡਿਵੈਲਪਮੈਂਟ ਤੇ ਬਹੁਤ ਅਸਰ ਹੁੰਦਾ ਦੇ ਆਰ ਮਿਸਟਰੀਟਡ ਦੂਜੇ ਬੱਚੇ ਉਹਨਾਂ ਬੱਚਿਆਂ ਨਾਲ ਖੇਡਦੇ ਨਹੀਂ ਨੇ ਜੀ एवरीवन ਵਾਂਟਸ ਟੂ ਟੇਕ ਐਡਵਾਂਟੇਜ ਫਿਰ ਡੋਮੈਸਟਿਕ ਅਬਿਊਜ਼ ਜੋ ਹੁੰਦਾ ਹੈ ਜੀ ਇੱਕ ਤੇ ਹੁੰਦਾ ਹੈ ਅੰਡਰ ਦੀ ਇੰਪੈਕਟ ਆਫ ਦੈਟ ਟਾਕਸਿਕਸ ਔਰ ਯੂ نو ਜੋ ਵੀ ਤੁਸੀਂ ਲਿੱਤਾ ਹੈ ਉਹਦਾ ਜੋ ਇੰਪੈਕਟ ਉਸ ਵੇਲੇ ਰਾਈਟ ਇਵਨ ਕ੍ਰਾਈਮ ਤੁਸੀਂ ਵੇਖੋ ਮੋਸਟ ਆਫ ਦੀ ਕ੍ਰਾਈਮਸ ਇਨ ਪੰਜਾਬ ਇਫ ਯੂ ਅੰਡਰਸਟੈਂਡ ਮੋਸਟ ਆਫ ਦੀ ਪੀਪਲ ਆਰ ਅੰਡਰ ਦੀ ਇਨਫਲੂਐਂਸ ਐਟ ਦੈਟ ਪੁਆਇੰਟ ਆਫ ਟਾਈਮ ਜਦੋਂ ਉਹ ਕ੍ਰਾਈਮ ਕਮਿਟ ਕਰ ਰਹੇ ਹੁੰਦੇ ਨੇ ਜੀ ਹੈ ਨਾ ਇਹਦਾ ਮਤਲਬ ਹੈ ਕਿ ਯੂ ਆਰ ਕ੍ਰੀਏਟਿੰਗ ਫੋਡਰ ਫॉर ਐਨੀ ਪਰਸਨ ਹੂ ਵਾਂਟਸ ਟੂ ਕ੍ਰੀਏਟ ਅਨਰੈਸਟ ਇਨ ਦ ਸਟੇਟ ਚ ਕੁਝ ਵੀ ਕਰਵਾਣਾ ਹੋਵੇ ਰਾਈਟ ਮੈਂ ਜੇ ਮੈਂ ਆਬਜ਼ਰਵ ਕਰਦਾ ਪਿਆ ਸੀ ਬੋਡੀ ਲੈਂਗੁਏਜ ਜਿਨ੍ਹਾਂ ਨੇ ਉਹ ਜਦੋਂ ਹੋਈ ਸੀ بیਐਟਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਆਪਣੇ ਗੋਲਡਨ ਟੈਂਪਲ ਚ ਉਸ ਬੰਦੇ ਦੀ ਮੇ ਬੋਡੀ ਲੈਂਗੁਏਜ ਹੀ ਹੀ ਵਾਸ ਨਾਟ ਇਨ ਹਿਸ ਸੈਂਸਸ ਉਹ ਬੰਦਾ ਆਪਣੇ ਸੈਂਸਸ ਚ ਨਹੀਂ ਸੀ ਉਹਦੀ ਮੈਨੂੰ ਲੱਗਦਾ ਉਹਦੀ ਬੋਡੀ ਦੀ ਭਾਵੇਂ ਉਹਨੂੰ ਮਾਰ ਦਿੱਤਾ ਗਿਆ ਜੇ ਟਾਕਸਿਕੋਲੋਜੀ ਰਿਪੋਰਟ ਕਿਸੇ ਨੇ ਮੰਗੀ ਨਹੀਂ ਜੇ ਸਟੱਡੀ ਕੀਤਾ ਜਾਵੇ that person must be under the influence ਹੋ ਸਕਦਾ ਕਿੰਨੇ ਹਿਊਜ ਪਰਸੈਂਟੇਜ ਆਫ ਤੁਸੀਂ ਕੋਈ ਵੀ ਪੁਲਿਸ ਰਿਕਾਰਡ ਵਾਸ ਅੰਡਰ ਦ ਇਨਫਲੂਐਂਸ ਰਾਤ ਵੇਲੇ ਕਿਉਂ क्राइम ਜ਼ਿਆਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਆਪਣੇ ਪੰਜਾਬ 'ਚ ਖੋ ਲੁੱਟ ਮਾਰ ਕਿੰਨਾ ਕੁਝ ਹੋ ਰਿਹਾ ਹੈ ਬਿਲਕੁਲ ਵੀ ਆਰ ਕ੍ਰੀਏਟਿੰਗ ਅ ਵੈਰੀ ਅਨਸੇਫ এনवायरमेंट ਹੁਣ ਤੁਸੀਂ ਲੈਟਸ ਸੇ ਇੱਕ ਬੰਦਾ ਨਸ਼ਾ ਕਰਦਾ ਪਿਆ ਉਹਦੀ ਫੈਮਿਲੀ ਜੇ 6 ਲੋਕੀ ਨੇ ਉਹਨਾਂ 6 ਲੋਕਾਂ ਦੀ ਇਕਨੋਮਿਕ ਓਪਰਚੁਨਿਟੀ ਰੋਕਦੀ ਬਿਲਕੁਲ ਠੀਕ ਹੈ ਤੇ 6% ਆਫ ਪੋਪੂਲੇਸ਼ਨ ਨੂੰ ਜੇ ਤੁਸੀਂ ਹੈਂਡਲ ਕੀਤਾ ਫਿਰ ਉਹਨਾਂ ਦੇ ਤੁਸੀਂ ਸੈਕੰਡ ਡਿਗਰੀ ਆਫ ਇੰਪੈਕਟ ਵੀ ਹੋਰ ਮੰਨ ਲਓ ਸੋਚੋ ਕਿੰਨਾ ਮੁਸ਼ਕਿਲ ਹੋ ਜਾਂਦਾ ਇਟ ਕ੍ਰੀਏਟਸ ਹਿਊਜ ਪ੍ਰੋਬਲਮ ਫਾਰ தி ਫਿਊਚਰ ਤੇ ਜੇ ਤੁਸੀਂ ਇਸ ਕੈਲਕੂਲੇਸ਼ਨ ਨਾਲ ਚੱਲੋ ਤੇ ਮੂਵਮੈਂ 2% ਇਹਦਾ ਇੰਪੈਕਟ 6 ਸਕੁਅਰ ਹੋਏਗਾ 36% ਜਿਹੜੇ ਉਹਨਾਂ ਦੇ ਨੈਟਵਰਕ ਚ ਲੋਕੀ ਹੋਣਗੇ ਦੇ ਵਿਲ ਨਾਟ ਬੀ ਪ੍ਰੋਡਕਟਿਵ ਤੇ ਜੇ ਤੁਹਾਡੀ 36% ਪੋਪੂਲੇਸ਼ਨ ਪ੍ਰੋਡਕਟਿਵ ਨਹੀਂ ਆ ਆਪਣਾ ਕੰਮ ਕਰ ਹੀ ਨਹੀਂ ਪਾਰੀ ਚੰਦ ਹੋ ਇਹ ਵੀ ਤੇ ਉਹਨਾਂ ਨੂੰ ਸਹੀ ਐਕਸਪੋਜ਼ਰ ਨਹੀਂ ਮਿਲਦਾ ਪਿਆ ਮੈਂਟਲੀ 네ਗੇਟਿਵ ਨੇ ਉਹ ਵੀ ਵਾਪਸ ਉਸੇ ਸਾਈਕਲ ਚ ਜਾਣਗੇ ਜੀ ਤੇ ਇਹ ਇਹਨਾਂ ਚੀਜ਼ਾਂ ਦਾ ਨੇਗੇਟਿਵ ਅਸਰ ਹੈ ਜੋ ਕਲੀਅਰਲੀ بار-बार ਕਿਉਂਕਿ ਨਾ ਆਮ ਜਨਤਾ ਜੀ ਨਾਰਮਲਾਈਜ਼ ਹੋ ਗਿਆ ਠੀਕ ਹੈ ਕੁਝ ਖਾਂਦੇ ਨੇ ਪਰ ਉਹ ਸਾਨੂੰ ਕਾਸਟ ਕਰਦਾ ਪਿਆ ਇੱਕ ਬੰਦਾ ਜਿਹੜਾ ਲੈਟਸ ਸੇ ਕਿ ਉਸ ਨੇਬਰਹੁੱਡ ਦੀ ਵੈਲਿਊ ਘਟਦੀ ਪਈ ਹੈ ਜੇ ਪੰਜਾਬ ਚ ਇਨਵੈਸਟਮੈਂਟ ਨਹੀਂ ਆਂਦੀ ਪਈ ਜਿਹੜਾ ਬੰਦਾ ਸincere ਹੈ ਉਹ ਕੀ ਕਰੇਗਾ ਫਿਰ ਉਹ ਕੈਨੇਡਾ ਬਚੇਗਾ ਕੀ ਕਰੇਗਾ ਉਹ ਹੈਨਾ ਉਹ ਆਪਣੀ ਕਲਾਸ ਤੇ ਬੈਠਾ ਚਾਰ ਬੰਦੇ ਨਸ਼ੇ ਕਰਕੇ ਬੈਠੇ ਹੋਏ ਨੇ ਕਲਾਸ ਕਿਸੇ ਨੂੰ ਪੜ੍ਹਨ ਨਹੀਂ ਉਹ ਕੀ ਕਰੇਗਾ ਉਹ ਕਹਿੰਦਾ ਇੱਥੇ ਨਹੀਂ ਰਹਿਣਾ ਇੱਥੇ ਕ腐ਪਸ਼ਨ ਬਹੁਤ ਹੈ ਇੱਥੇ ਡਰੱਗਸ ਬਹੁਤ ਹੈ ਕਿਉਂ ਪੇਸ ਦੇ ਪ੍ਰੀਮਿਅਮ ਵਾਈ ਦੇਅਰ ਸੇਲਿੰਗ 올 देयर ਅ ਟੂ ਪੇ ਦੀ ਫੀ ਸਾਡੇ ਅਸੈਟ ਵਿਕੇ ਜਾ ਰਹੇ ਨੇ ਕੁਝ ਤੇ ਉਹਨਾਂ ਦੇਸ਼ਾਂ ਦੀ ਜੀਡੀਪੀ ਵਧਦੀ ਪਈ ਹੈ ਕਿਉਂਕਿ ਇਹ ਡਰੱਗਸ ਦੀ ਪ੍ਰੋਬਲਮ ਹੈ ਬਿਲਕੁਲ ਫਿਰ ਪਾਕਿਸਤਾਨ ਲਈ ਕਿੰਨਾ ਆਸਾਨ ਹੈ ਚਾਈਨਾ ਲਈ ਕਿੰਨਾ ਆਸਾਨ ਹੈ ਕਿ ਪੰਜਾਬ ਦੇ ਵਿੱਚੋਂ ਕੁਝ ਐਲੀਮੈਂਟਸ ਆਈਡੈਂਟੀਫਾਈ ਕਰਨਾ ਜਿਹੜੇ ਕੁਝ ਐਂਟੀ ਨੈਸ਼ਨਲ ਐਕਟੀਵਿਟੀ ਕਰਨ ਜਿਹਦੇ ਨਾਲ ਇੱਕ ਫੋਰ ਇੱਕ ਨੈਕਸਟ ਲੈਵਲ ਆਫ ਡਿਸਟਰਸਟ ਕ੍ਰੀਏਟ ਹੋ ਜਾਏ ਸੋ ਥੀਸ ਆਰ ਵੈਰੀ ਡਰੱਗ ਇਜ਼ ਅ ਵੈਰੀ ਵੈਰੀ ਡੇਂਜਰਸ ਸਿਚੁਏਸ਼ਨ ਸਾਰਿਆਂ ਨੂੰ ਇਹਦੇ ਲਈ ਹੁਣ ਫਾਈਟ ਲਈ ਰੈਡੀ ਹੋਣਾ ਚਾਹੀਦਾ ਜੀ ਆਪਾਂ ਪ੍ਰੋਬਲਮ ਬੜੀ ਗਹਿਰਾਈ ਚ ਮਿਲ ਕੇ ਡਿਸਕਸ ਕੀਤੀ ਸੋਲੂਸ਼ਨ ਵਾਲਾ ਹੀ ਹੈ ਤੁਸੀ ਇੱਕ ਸੋਲੂਸ਼ਨ ਜ਼ਰੂਰ ਦਿੱਤਾ ਜਿਹੜਾ ਅਸੀਂ ਆਪਣੇ ਲੈਵਲ ਤੇ ਕਰ ਸਕਦੇ ਆ ਇਸ ਤੋਂ ਬਾਅਦ ਆਪਾਂ ਬਾਰ ਬਾਰ ਕਹਿੰਨੇ ਆ ਸਰਕਾਰਾਂ ਨੂੰ ਪੁਸ਼ ਕਰੀਏ ਸਵਾਲ ਕਰੀਏ ਡਾਇਰੈਕਟ ਗੱਲ ਕੀ ਆਪਾਂ ਕਿਵੇਂ ਇੱਕ ਆਮ ਸਿਟੀਜ਼ਨ ਕਿਵੇਂ ਮੋਬਾਈਲਾਈਜ਼ ਹੋ ਸਕਦਾ ਹੈ ਡਰੱਗਸ ਦੇ ਇਸ਼ੂ ਤੇ ਸਰਕਾਰਾਂ ਨੂੰ ਅਕਾਊਂਟੇਬਲ ਬਣਾਉਣ ਲਈ ਦੇਖੋ ਮਨੂੰ ਇਹ ਲੱਗਦਾ ਹੈ ਕਿ ਇੱਕ ਨਾ ਇੰਟੈਲੈਕਚੁਅਲਸ ਦੇ ਜਿਹੜੇ ਗਰੁੱਪਸ ਨੇ ਯੂ نو ਇਨਫਲੂਐਂਸ਼ੀਅਲ ਗਰੁੱਪਸ ਇੱਕ ਯੂ نو ਦੇ ਸ਼ੁੱਡ ਬੀ ਕ੍ਰੀਏਟਿਡ ਜਿਨ੍ਹਾਂ ਦਾ ਫੋਕਸ ਹੋਣਾ ਚਾਹੀਦਾ ਕਿ ਇਹ ਡਰੱਗ ਅਬਿਊਸ ਨੂੰ ਆਪਾਂ ਇਥੋਂ ਖਤਮ ਕਰਨਾ ਇੱਕ ਵੌਇਸ ਦੇ ਥਰੂ ਹੀ ਆਪਾਂ ਸਰਕਾਰਾਂ ਨੂੰ ਅਨਸਰੇਬਲ ਬਣਾਉਂਦੇ ਆ ਡੈਮੋਕ੍ਰੇਸੀ ਚ ਨੰਬਰਸ ਸਪੀਕਸ ਫਾਰ ਥੈਮਸੈਲਫ ਨੰਬਰ ਬੇਸਡ ਅਕਾਊਂਟੇਬਿਲਟੀ ਕਿ ਭਾਈ ਇਹ ਪਰਸੈਂਟੇਜ ਡਰੱਗ ਦੀ ਯੂਸੇਜ ਐਡਿਕਟਸ ਦਾ ਸਰਵੇ ਕਰਵਾਇਆ ਜਾਵੇ ਇੰਡੀਪੈਂਡੈਂਟਲੀ ਕਿ ਉਹ ਨੰਬਰ ਨੈਗੇਟਿਵ ਜਾ ਰਹੇ ਨੇ ਜਾਂ ਵਧ ਰਹੇ ਨੇ ਇਟ ਸ਼ੁੱਡ ਬੀ ਨਾਨ ਨੈਗੋਸ਼ੀਏਬਲ ਕਿ ਜੇ ਸਰਕਾਰ ਦੇ ਰਾਜ ਦੇ ਵਿੱਚ ਡਰੱਗ ਯੂਜ਼ਰਸ ਦੀ ਪਰਸੈਂਟੇਜ ਵਧਦੀ ਪਈ ਆ ਉਹ ਸਰਕਾਰ ਤੇ ਦੁਬਾਰਾ ਤੁਸੀਂ ਆਨ ਹੀ ਨਾ ਦੋ ਇਟ ਕਲੀਅਰਲੀ ਮੀਨਸ ਕੋਈ ਜੋ ਮਰਜ਼ੀ ਕਰਦੇ ਜੀ ਉਹ ਕਰਦਾ ਹੈ ਕਰਦਾ ਪਤਾ ਨਹੀਂ ਕੌਣ ਕਰਦਾ ਗਵਰਨਮੈਂਟ ਦੇ ਲੋਕੀ ਪਾਵੇਂ politicans ਆ ਪਾਵੇਂ bureaucrat yaar involved ਪੁਲਿਸ ਤੇ politician ਦੇ ਐਕਸੈਸ ਤੋਂ ਬਿਨਾ ਐ ਚੀਜ਼ ਕ੍ਰਿਮੀਨਲਸ ਐਕਸੈਸ ਤੋਂ ਬਿਨਾ ਨਹੀਂ ਹੋ ਸਕਦੀ ਇਸ ਚੀਜ਼ ਨੂੰ ਤਾਂ ਆਪਾਂ ਮੰਨ ਕੇ ਚੱਲੀਏ ਕੋਈ ਜੋ ਮਰਜ਼ੀ ਕਰਦੇ ਹੁਣ ਉਹ ਕਹਿੰਦੇ ਜੀ ਤੁਸੀਂ ਪ੍ਰੂਫ ਲੱਭੋ ਪ੍ਰੂਫ ਅਸੀਂ ਥੋੜਾ ਲੱਭਣਾ ਰਾਈਟ ਨੰਬਰ ਸਪੀਕਸ ਫਾਰ ਥੈਮਸੈਲਵ ਏ ਨਾਨ ਨੈਗੋਸ਼ੀਏਬਲ ਹੋਣਾ ਚਾਹੀਦਾ ਸਾਡੇ ਪੰਜਾਬ ਜਿਹੜਾ ਵੀ ਬੰਦਾ ਨਸ਼ੇ ਦੀ ਡਰੱਗਸ ਦੀ ਸ਼ਰਾਬ ਦੇ थ्रू ਇਕਨੋਮੀ ਨੂੰ ਡਿਵੈਲਪ ਕਰਨ ਦੀ ਗੱਲ ਕਰਦਾ ਪਿਆ ਵੀ ਸ਼ੁੱਡ ਨਾਟ ਲਿਸਨ ਟੂ ਦੋਸ ਦੋਸ ਪੀਪਲ ਸ਼ੁੱਡ ਨਾਟ ਬੀ ਇਨ ਪਾਵਰ ਜੀ ਇਹ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਜਦੋਂ ਸਿਵਲ ਸੋਸਾਇਟੀ ਦੀ ਲੋੜ ਹੈ ਸੌਰੀ ਆਮ ਇੰਟਰਰਪਟਿੰਗ ਸਿਵਲ ਸੋਸਾਇਟੀ ਦੀ ਲੋੜ ਹੈ ਐਸ ਵੈਲ ਇੰਟੈਲੈਕਚੁਅਲਸ ਦੀ ਦੇ ਆਰ ਪਲੇ ਅ ਵੈਰੀ ਇੰਪੋਰਟੈਂਟ ਰੋਲ ਉਹ ਅਨਸਰੇਬਲ ਕਰਦੇ ਨੇ ਲੋਕਾਂ ਤੱਕ ਮੈਸੇਜ ਕਲੈਰਿਟੀ ਨਾ ਪਹੁੰਚਾਉਂਦੇ ਨੇ ਰਾਈਟ ਅ ਜਿਵੇਂ ਕਿ ਤੁਸੀਂ ਕਹਿ ਰਹੇ ਸੀ ਮੈਨੂੰ ਲੱਗਦਾ ਬੜਾ ਇੰਪੋਰਟੈਂਟ ਹੈ ਕਿ ਇਸ਼ੂ ਬਣਨ ਦੇ ਬਾਵਜੂਦ ਅਸੀਂ ਇਸ਼ੂ ਜਿਹੜਾ ਬਣਨਾ ਚਾਹੀਦਾ ਉਹ ਨਹੀਂ ਬਣਦਾ ਜਿਵੇਂ ਇਲੈਕਸ਼ਨ ਚ ਹੁਣ ਜੇ ਸੈਂਡ ਇਲਲੀਗਲ ਮਾਈਨਿੰਗ ਤੇ ਡਰੱਗਸ ਦਾ ਇਸ਼ੂ ਬਣ ਰਿਹਾ ਉਹ ਪੋਲਿਟੀਕਲ ਗੇਮ ਇੱਕ ਚੱਲਣ ਲੱਗ ਗਈ ਹੈ ਲੇਕਿਨ ਜਿਵੇਂ ਸੈਂਡ ਮਾਈਨਿੰਗ 'ਚ ਅਸੀਂ ਇਹ ਨਹੀਂ ਗੱਲ ਕਰ ਰਹੇ ਕਿ ਇਕੋਲੋਜੀ ਨੂੰ ਕੀ ਨੁਕਸਾਨ ਹੋ ਰਿਹਾ ਸਾਡੇ ਖੇਤਾਂ ਨੂੰ ਕਿਸ ਤਰ੍ਹਾਂ ਨੁਕਸਾਨ ਹੋ ਰਿਹਾ ਸਾਡੀ ਉਪਜਾਊਤਾ ਕਿਵੇਂ ਖਤਮ ਹੋ ਰਹੀ ਹੈ ਵਾਟਰ ਟੇਬਲ ਕਿਵੇਂ ਨੀਚੇ ਜਾ ਰਿਹਾ ਉਸੇ ਤਰ੍ਹਾਂ ਡਰੱਗਸ ਵਿੱਚ ਵੀ ਹੁਣ ਅਸੀਂ ਇੱਕ ਐਸਟੀਐਫ ਰਿਪੋਰਟ ਜਾਂ ਦੋ ਇੱਕ ਪਾਰਟੀ ਨੇ ਦੂਜੀ ਨੂੰ ਕੀ ਕੀਤਾ ਉਹਦੇ ਪਿੱਛੇ ਲੱਗੇ ਜਿਹੜੇ ਆ ਪੁਆਇੰਟਸ ਨੇ ਇਹ ਡਿਸਕਸ ਹੋ ਹੀ ਨਹੀਂ ਰਹੇ ਸੋ ਇਹ ਇਸ਼ੂ ਬਣਨ ਦੇ ਬਾਵਜੂਦ ਇਹ ਇਸ਼ੂ ਨਹੀਂ ਬਣ ਰਿਹਾ ਮੈਂ ਇਸ ਤੋਂ ਵੀ ਡੀਪ ਤੁਹਾਨੂੰ ਗ ਦਾ ਰੇਟ 1000 ਰੁਪਏ ਹੋ ਸਕਦਾ ਹੈ ਤੇ ਜਿਉ 5000 ਦੀ ਕਿਸੇ ਨੂੰ ਲੈਣੀ ਪੈ ਰਹੀ ਉਹ 4000 ਰੁਪਏ ਕੁਝ ਕਰਪਟ ਲੋਕਾਂ ਕੋ ਜਾ ਰਿਹਾ ਆਮ ਜਨਤਾ ਦਾ ਬਿਲਕੁਲ ਹੁਣ ਮਲਟੀਪਲਾਈਡ ਵਿਦ 1 ਕਰੋੜ ਪੀਪਲ ਕਿੰਨਾ ਪੈਸਾ ਕਨਸੈਂਟਰੇਟ ਹੋ ਕੇ ਕੁਝ ਕਰੋਨੀ ਕੈਪਟਲਿਜ਼ਮ ਦੇ ਥਰੂ ਕੁਝ ਲੋਕਾਂ ਕੋ ਚਲਾ ਗਿਆ ਮਿਸਯੂਜ਼ ਹੋਇਆ ਐਫੀ ਡਰੱਗਸ ਹਾਰਡ ਐਂਡ ਮਨੀ ਆਫ ਪੀਪਲ देयर ਫੈਮਲੀ ਹੈਪੀਨੈਸ ਬਿਕਾਜ਼ ਆਫ ਦੀ ਗਰੀਡ ਕੁਝ ਲੋਕਾਂ ਦੇ ਲਾਲਚ ਦੇ ਕਾਰਨ ਉਹਨਾਂ ਕੋ ਜਾ ਰਿਹਾ ਹੈ ਆਮ ਜਨਤਾ ਗਰੀਬ ਹੁੰਦੀ ਹੈ ਜਦੋਂ ਆਮ ਜਨਤਾ ਗਰੀਬ ਹੁੰਦੀ ਹੈ ਉਹ ਅਗੇਨ ਇੱਕ ਹੋਰ ਸਪਾਈਰਲ ਆਫ ਕ੍ਰਾਈਮ ਨੂੰ ਪੈਦਾ ਕਰਦੀ ਹੈ ਥੈਟ ਇਜ਼ ਦੀ ਪ੍ਰੋਬਲਮ ਵਿਦ ਡਰਗ ਅਬਿਊਜ਼ ਐਂਡ ਕਰਪਸ਼ਨ ਬਿਲਕੁਲ ਰਾਈਟ ਆਪਾਂ ਨੂੰ ਇਹ ਕਰਪਸ਼ਨ ਨੂੰ ਲਾਈਟਲੀ ਨਹੀਂ ਲੈਣਾ ਕਰਪਸ਼ਨ ਸ਼ੁੱਡ ਨਾਟ ਬੀ ਟੇਕਨ ਲਾਈਟਲੀ ਇਹਦਾ ਬਹੁਤ ਵੱਡਾ ਇੰਪੈਕਟ ਬਿਲਕੁਲ ਸਹੀ ਗੱਲ ਹੈ ਐਂਡ ਆਲਸੋ ਇਹ ਵੀ ਇੰਪੋਰਟੈਂਟ ਹੈ ਕਿ ਜਿਵੇਂ ਤੁਸੀਂ ਐਲਕੋਹਲ ਚ ਕਿਹਾ ਤਾਂ ਫਿਰ ਰੈਵਨਿਊ ਸਟੇਟ ਨੂੰ ਵੀ ਆ ਰਿਹਾ ਹੈ ਇਹ ਰੈਵਨਿਊ ਤਾਂ ਸਿਰਫ ਕੁਝ ਜੇਬਾਂ ਚ ਜਾ ਰਿਹਾ ਹੈ ਇਹ ਤਾਂ ਸਟੇਟ ਚ ਵੀ ਨਹੀਂ ਆ ਰਿਹਾ ਸੋ ਇਹਦੇ ਬਹੁਤ ਕਈ ਫੋਲਡ ਇਹਦੇ ਨੁਕਸਾਨ ਨੇ ਜਿਹੜੇ ਸ਼ਾਇਦ ਅਸੀਂ ਸੋਚਦੇ ਹੀ ਨਹੀਂ ਆਪ ਸਮਝ ਹੀ ਨਹੀਂ ਪਾਉਂਦੇ ਦੇਖੋ ਇਸ਼ਤ ਤੁਸੀਂ ਫੇਰ ਸ਼ਰਾਬ ਨੂੰ ਜਸਟੀਫਾਈ ਕਰਦਾ ਕਿ ਚਲੋ ਰੈਵਨਿਊ ਆ ਰਿਹਾ ਜੀ ਇਟ ਇਜ਼ ਨਾਟ ਦਿਸ ਇਜ਼ ਨਾਟ ਦੀ ਰੈਵਨਿਊ ਦੈਟ ਆਰ ਸਟੇਟ ਨੀਡਸ ਐਨੀ ਹੋਣਾ ਚਾਹੀਦਾ ਸਾਡੇ ਆਈਟੀ ਦੇ ਸਰਵਿਸ ਟੈਕਸ ਆਨੇ ਚਾਹੀਦੇ ਨੇ ਰਾਈਟ ਸਾਡੇ ਇਥੇ ਇਨੋਵੇਸ਼ਨ ਹੋਣਾ ਚਾਹੀਦੀ ਆ ਪੇਟੈਂਟ ਮਨੀ ਆਣੀ ਚਾਹੀਦੀ ਆ ਸਾਡੇ ਤੇ ਇੰਸਟੀਟਿਊਟਸ ਦੀ ਫੀਸ ਪੂਰੇ ਗਲੋਬ ਤੋਂ ਲੋਕੀ ਇਥੇ ਪੜਨਾ ਬਿਲਕੁਲ ਐਫ ਹੋ ਜੇ ਸਾਡੇ ਇੰਸਟੀਟਿਊਟਸ ਓਨ ਰਾਈਟ ਦੈਟ ਸ਼ੁੱਡ ਬੀ ਯੂ نو ਸਾਡੇ ਇਥੇ ਇੰਡਸਟਰੀ ਹੋਵੇ ਮੈਨੂਫੈਕਚਰਿੰਗ ਹੋਵੇ ਨਾਨ ਪੋਲਿਊਟਿੰਗ ਇੰਡਸਟਰੀ ਹੋਵੇ ਰਾਈਟ ਸਾਡੇ ਇਥੇ ਪ੍ਰੋਡ ਇੱਕ ਆਰਗੇਨਿਕ ਖੇਤੀ ਹੋਵੇ ਜਿਹਦੀ ਪ੍ਰੋਸੈਸਿੰਗ ਇਸ ਲੈਵਲ ਤੇ ਹੋਵੇ ਕਿ ਇਟਲੀ ਦੇ ਲੋਕੀ ਆਪਣਾ ਪਾਸਤਾ ਪੰਜਾਬ ਦੀ ਵੀਟ ਤੋਂ ਖਾਣ ਜੀ ਦੈਟ ਸ਼ੁੱਡ ਦੈਟ ਇਜ਼ ਵੇਅਰ ਵੀ ਸ਼ੁੱਡ ਮੇਕ ਆਰ ਮਨੀ ਬਿਲਕੁਲ ਠੀਕ ਹੈ ਨਾ ਸ਼ਰਾਬਾਂ ਵੇਚ ਕੇ ਵੀ ਕੈਨਟ ਵੀ ਸ਼ੁੱਡ ਨਾਟ ਮੇਕ ਆਰ ਮਨੀ ਬਿਲਕੁਲ ਸਹੀ ਗੱਲ ਹੈ ਐਂਡ ਫਾਈਨਲੀ ਸਰ ਕਿਸ ਤਰ੍ਹਾਂ ਤੁਸੀਂ ਹੁਣ ਦੇਖਦੇ ਹੋ ਹੁਣ ਦੁਬਾਰਾ ਇਲੈਕਸ਼ਨ ਆਏਗੀ ਸ਼ਾਇਦ ਇਹ ਮੁੱਦਾ ਦੁਬਾਰਾ ਭੁੱਲ ਗਿਆ ਜਾਏਗਾ ਪਰ ਹੁਣ ਕਿਉਂਕਿ ਅਸੀਂ ਇੱਥੇ ਗੱਲ ਕਰ ਰਹੇ ਹਾਂ ਲੋਕੀ ਸੁਣ ਰਹੇ ਨੇ ਆਪਾਂ ਲੋਕਾਂ ਚ ਇਹ ਮੁੱਦਾ ਜ਼ਿੰਦਾ ਕਿਵੇਂ ਰੱਖ ਸਕਦੇ ਆ ਤੇ ਇਹਨੂੰ ਲੌਂਗ ਟਰਮ ਕਿਵੇਂ ਉਹ ਕਰ ਸਕਦੇ ਆ ਕਿ ਇਹਦਾ ਸੋਲੂਸ਼ਨ ਨਿਕਲੇ ਜੇ ਲੋਕਾਂ ਨੂੰ ਇਹ ਗੱਲ ਸਹੀ ਲੱਗਦੀ ਪਈ ਹੈ ਲੋਕੀ ਇਸ ਗੱਲ ਨੂੰ ਸ਼ੇਅਰ ਕਰਨ ਹਮ ਠੀਕ ਹੈ ਲੈਟਸ ਸੱਡਨਲ ਕਮਿਊਨੀਕੇਟ ਕਰਨ ਦੇ ਕੈਨ ਗੈਟ ਇਨ ਟੱਚ ਵਿਦ ਅਸ ਜੀ ਕਿ ਭਾਈ ਇਸ ਬਾਰੇ ਉਹ ਕਿਵੇਂ ਕੰਟ੍ਰਿਬਿਊਟ ਕਰ ਸਕਦੇ ਨੇ ਅਸੀਂ ਐਸ ਚੀਜ਼ ਨੂੰ ਅਸੀਂ ਨਾ ਦੱਬੰਦੀ ਅਸੀਂ ਵੀ ਤਾਂ ਸਿਰਫ ਫੈਸ਼ਨ ਵਾਲੀ ਚੀਜ਼ ਕਰਦੇ ਨਾ ਕਿ ਸਾਰੇ ਚੈਨਲ ਐ ਚਲਾ ਰਹੇ ਨੇ ਜਾਂ ਯੂ نو ਅੱਜ ਇਹ ਮੁੱਦਾ ਹੈ ਕਿਉਂਕਿ ਪੋਲੀਟੀਸ਼ੀਅਨ ਡਿਫਾਈਨ ਕਰਦਾ ਪਿਆ ਅਸੀਂ ਮੁੱਦਾ ਸਿਵਲ ਸੋਸਾਇਟੀ ਦੇ ਬੇਸਿਸ ਤੇ ਕਿ ਜੋ ਸਟੇਟਲੀ ਇੰਪੋਰਟੈਂਟ ਹੈ ਅਸੀਂ ਮੁੱਦੇ ਉਹ ਲੈਣੇ ਆ ਅੱਜ ਕੋਈ ਡਰਗ ਰਿਲੇਟਿਡ ਮੇਜਰ ਐਕਟੀਵਿਟੀ ਨਹੀਂ ਹੋਈ ਪਰ ਪੰਜਾਬ ਟੂਡੇ ਉੱਤੇ ਅੱਜ ਆਪਾਂ ਡਰਗਸ ਨੂੰ ਡਿਸਕਸ ਕਰਦੇ ਵੇ ਆ ਕਿਉਂਕਿ ਇਹ ਮੁੱਦਾ ਹੈ ਇਹ ਸਾਡੇ ਪੰਜਾਬੀ ਖੂਨ ਦੇ ਵਿੱਚ ਇੱਕ ਜ਼ਹਿਰ ਘੋਲਦਾ ਪਿਆ ਸਾਡੀ ਸੋਸਾਇਟੀ ਨੂੰ ਅਨਸੇਫ ਕਰਦਾ ਪਿਆ ਸਾਨੂੰ ਆਪਣੇ ਮਿੱਤਰਾਂ ਤੋਂ ਤੋੜਦਾ ਪਿਆ ਸਾਨੂੰ ਯੂ نو ਸਾਡੇ ਦੁਸ਼ਮਣਾਂ ਨੂੰ ਸਟਰੋਂਗ ਕਰਦਾ ਪਿਆ ਸਿੱਧੀ ਗੱਲ ਹੈ ਆਪਾਂ ਬੜੀ ਛੇਤੀ ਗੱਦਨੇ ਜੀ ਚਾਈਨਾ ਦਾ ਬਾਇਗੋਟ ਕਰੋ ਉਹਨਾਂ ਦਾ ਸਮਾਨ ਹੰਦਾ ਹੈ ਇਹ ਜੀ ਪਾਕਿਸਤਾਨ ਦਾ ਸਮਾਨ ਹੈ ਉਹਨਾਂ ਨੂੰ ਪ੍ਰੋਫਿਟ ਨਾ ਕਰਵਾਓ ਜੀ ਠੀਕ ਹੈ ਨਾ ਹੁਣ ਇਹਦਾ ਮਤਲਬ ਐ ਨਹੀਂ ਹੈ ਕਿ ਪੰਜਾਬ ਚ ਗਾਨੀ ਸ਼ੁਰੂ ਕਰ ਦੋ ਇਹਦਾ ਮਤਲਬ ਹੈ ਵਾ ਕਿ ਬਈ ਡੋਨਟ ਟੇਕ ਡਰੱਗਸ ਐਂਡ ਯੂ ਲੁੱਕ ਐਟ ਦੀ ਇਕਨੋਮਿਕ ਇੰਪੈਕਟ ਨਾਟ ਜਸਟ ਸਾਡੇ ਤੇ ਦੇ ਨੈਗੇਟਿਵ ਆ ਰਿਹਾ ਉਹਨਾਂ ਤੇ ਪੋਜ਼ਿਟਿਵ ਆ ਰਿਹਾ ਹੈ ਬਿਲਕੁਲ ਹੈ ਨਾ ਵੀ ਸ਼ੁੱਡ ਲੁੱਕ ਐਟ ਇਟ ਲਾਈਕ ਥੈਟ ਬਿਲਕੁਲ ਸਹੀ ਗੱਲ ਹੈ ਇਹ ਦਰਿਆ ਨੂੰ ਰੋਕਣ ਦੀ ਲੋੜ ਹੈ ਛੇਵੇਂ ਦਰਿਆ ਨੂੰ ਤੇ ਉਹਦੇ ਲਈ ਅਸੀਂ ਕੀ ਕਰ ਸਕਦੇ ਹਾਂ ਉਹਦੀ ਅੱਜ ਅਸੀਂ ਗੱਲ ਕੀਤੀ ਹੈ ਸੋ ਕਮੈਂਟ ਕਰ ਸਕਦੇ ਹੋ ਤੁਸੀਂ ਇਸ ਵੀਡੀਓ ਤੇ ਸਾਨੂੰ ਦੱਸ ਸਕਦੇ ਹੋ ਇਸ ਮੂਹਮ ਨਾਲ ਤੁਸੀਂ ਆਪ ਜੁੜ ਸਕਦੇ ਹੋ ਡਾਇਰੈਕਟਲੀ ਤੁਸੀਂ ਸੁਜੈਸ਼ਨਸ ਦੇ ਸਕਦੇ ਹੋ ਸ਼ਾਇਦ ਕੁਝ ਇਹੋ ਜਿਹਾ ਹੋਵੇ ਜਿਹੜੀ ਅਸੀਂ ਵੀ ਗੱਲ ਨਾ ਕੀਤੀ ਹੋਵੇ ਤੇ ਤੁਸੀਂ ਜਾਣਦੇ ਹੋ ਕਿਉਂਕਿ ਸ਼ਾਇਦ ਬਹੁਤ ਲੋਕ ਉਹ ਦੇਖ ਰਹੇ ਹੋਣਗੇ ਜਿਹੜੇ ਡਾਇਰੈਕਟਲੀ ਇੰਪੈਕਟ ਹੋ ਰਹੇ ਨੇ ਇਸ ਨਾਲ ਬਿਲਕੁਲ ਸੋ ਜ਼ਰੂਰ ਤੁਸੀਂ ਦੱਸ ਸਕਦੇ ਹੋ ਸਾਡੇ ਨਾਲ ਜੁੜ ਸਕਦੇ ਹੋ ਅਸੀਂ ਤੁਹਾਡੇ ਕਮੈਂਟਸ ਦਾ ਇੰਤਜ਼ਾਰ ਕਰਾਂਗੇ ਤੇ ਤੁਹਾਡੇ ਨਾਲ ਇਸ ਡਿਸਕਸ਼ਨ 'ਚ ਤੁਹਾਨੂੰ ਵੀ ਸ਼ਾਮਿਲ ਕਰਾਂਗੇ ਤਾਂ ਕਿ ਇਹ ਮੂਹਮ ਚੱਲਦੀ ਰਹੇ ਜਿਵੇਂ ਕਿ ਅਸੀਂ ਜ਼ਿਕਰ ਕੀਤਾ ਕਿ ਇੱਥੇ ਹੀ ਖਤਮ ਨਾ ਹੋ ਜAVE ਜਾਂ ਇਲੈਕਸ਼ਨਸ ਦੇ ਖਤਮ ਨਾ ਹੋ ਜAVE ਕਿਉਂਕਿ ਇਹ ਪੰਜਾਬ ਦਾ ਮੁੱਦਾ ਸਿਰਫ ਅੱਜ ਦਾ ਨਹੀਂ ਹੈ ਕਈ ਸਾਲਾਂ ਤੋਂ ਚੱਲ ਰਿਹਾ ਹੈ ਤੇ ਪੰਜਾਬ ਨੂੰ ਖੋਖਲਾ ਕਰਦਾ ਜਾ ਰਿਹਾ ਹੈ ਸੋ ਇਸੇ ਤਰ੍ਹਾਂ ਦੇ ਮੁੱਦੇ ਜਿਹੜੇ ਪੰਜਾਬ ਨੂੰ ਹਮੇਸ਼ਾ ਤੋਂ ਇੰਪੈਕਟ ਕਰਦੇ ਆ ਉਹਦੀ ਗੱਲ ਅਸੀਂ ਕਰਦੇ ਰਾਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਵੇਖਦੇ ਰਹੋ ਪੰਜਾਬ ਟੂਡੇ ਥੈਂਕ ਯੂ ਇਸ਼ਰਤ ਥੈਂਕ ਯੂ